ਘੋੜੀ ਆ ਸੂਣ ਵਾਲੀ ਆ, ਅਸੀਂ ਚੋਰੀ ਸੂਣ ਹੀ ਨਹੀਂ ਦਿੱਤੀ ਅੱਜ ਤੱਕ ਬਈ, ਜਿੰਨਾ ਪਰਮਾਤਮਾ ਦੀ ਕਿਰਪਾ ਜੀ ਵੀ ਚੋਰੀ ਘੋੜੀ ਨਹੀਂ ਸੂਣ ਦਿੱਤੀ। ਜਿਹੜਾ ਬੱਚਾ ਗਰੋਥ ਕਰਦਾ ਉਹਦੀ ਰੀੜ ਦੀ ਹੱਡੀ ਲੁਕਣੀ ਨਹੀਂ ਚਾਹੀਦੀ, ਰੀੜ ਦੀ ਹੱਡੀ ਦਿਖਣੀ ਚਾਹੀਦੀ ਹੈ। ਜਦੋਂ ਖਾਲੀ ਖੂਲੀ ਪੈ ਜਾਂਦੀ ਆ ਸਮਝ ਲਓ ਵੀ ਉਹ ਗਰੋਥ ਤੋਂ ਵੀ ਹਾਈਟ ਤੋਂ ਵੀ ਗਿਆ। ਸੁਖਜਿੰਦਰ ਬਾਈ ਕੁਦਰਤ ਦੀ ਦੇਣ ਆ, ਸਾਨੂੰ ਘੋੜੇ ਰੱਖਦਿਆਂ ਨੂੰ 27-28 ਸਾਲ ਹੋ ਗਏ। ਜੇ ਕੋਈ ਘੋੜੀ ਵੱਢਦੀ ਵੀ ਹੈ ਸਾਡੇ ਘਰੇ ਉਹਨੇ ਆ ਕੇ ਵੱਢਿਆ ਨਹੀਂ। ਜਿਹੜੇ ਬੰਦੇ ਕਹਿੰਦੇ ਵੀ ਘੋੜੀ ਬਾਈ ਬੰਦੇ ਦੇਖ ਕੇ ਖੋਲਿਓ ਤੇ ਘੋੜੀ ਖਾ ਜਾਂਦੀ ਹੈ, ਅਸੀਂ ਬਾਈ ਜਾ ਕੇ ਲਗਾਮ ਪਾ ਕੇ ਘੋੜੀ ਕ੍ਰੋਸ ਕਰਾ ਦਈ, ਅੱਜ ਤੱਕ ਸਾਡੇ ਘਰੇ ਘੋੜੇ ਨੇ ਦੰਦੀ ਨਹੀਂ ਵੱਢੀ। ਬਾਈ ਹੁਣੀ ਆਪਣੀ ਕਾਮਯਾਬੀ ਦਾ ਰਾਜ ਡਾਕਟਰ ਸੁਖਦੇਵ ਚੰਦਵਾਜੇ ਨੂੰ ਤੇ ਰਵੀ ਰਠੌਰ ਨੂੰ ਮੰਨਦੇ ਆ। ਆ ਜਾਓ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ। ਸੱਜਣੋ, ਅੱਜ ਤੁਹਾਨੂੰ ਬੰਦੇ ਉਹ ਮਿਲਾਉਣ ਲੱਗਿਆ ਜਿਹੜੇ ਘੋੜਾ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਰੱਖਦੇ ਆ। ਬਾਈ ਬਿੰਦਰ, ਬਾਈ ਭਿੰਦਰ ਦੋਨੇ ਜਾਣੇ ਡੋਡਾ ਪਿੰਡ ਦੇ ਵਿੱਚ ਆ। ਵੈਸੇ ਪੁਰਾਣਿਆਂ ਨੂੰ ਦੱਸਣ ਦੀ ਲੋੜ ਕੋਈ ਨਹੀਂ, ਪਰ ਨਵਿਆਂ ਨੂੰ ਦੱਸਣਾ ਜ਼ਰੂਰੀ ਸੀ ਕਿਉਂਕਿ ਬਹੁਤ ਵਾਰ ਨਵੇਂ ਬੰਦਿਆਂ ਨੂੰ ਸੁਣਿਆ ਹੁੰਦਾ, ਵੇਖਿਆ ਨਹੀਂ ਹੁੰਦਾ। ਇਹ ਉਹ ਬੰਦੇ ਆ ਜਿਨ੍ਹਾਂ ਨੂੰ ਅਸਲ ਦੇ ਵਿੱਚ ਮਸ਼ਹੂਰੀ ਦੀ ਲੋੜ ਕੋਈ ਨਹੀਂ, ਪਰ ਲੋੜ ਇਸ ਗੱਲ ਦੀ ਸੀ ਕਿ ਨਵਿਆਂ ਮੁੰਡਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਡੋਡਾ ਪਿੰਡ ਦੇ ਵਿੱਚ ਉਹ ਬੰਦੇ ਕੌਣ ਆ ਜਿਹੜੇ ਐਡਾ ਡੂੰਘਾ ਸੱਲ ਮਾਰੀ ਬੈਠੇ ਆ। ਪਰ ਗੱਲ ਇਹ ਆ ਕਿ ਕਾਮਯਾਬੀ ਮਿਲੀ, ਮਾਲਕ ਨੇ ਦਿੱਤੀ, ਪਰ ਅਸਮਾਨ 'ਚ ਨਹੀਂ ਉੱਡੇ, ਧਰਤੀ ਨਾਲ ਜੁੜੇ ਰਹੇ। ਜਿੰਨਾ ਕੱਦ ਵੱਡਾ ਜ਼ਰੂਰ ਕਰ ਲਿਆ ਪਰ ਧਰਤੀ ਨਾਲ ਜੁੜੇ ਰਹੇ। ਆਪਾਂ ਬਾਈ ਹੁਣਾਂ ਦਾ ਸਵਾਗਤ ਕਰਦੇ ਹਾਂ ਅਤੇ ਪੁੱਛਦੇ ਹਾਂ ਗੱਲਬਾਤ, ਅਤੇ ਤੁਹਾਨੂੰ ਸਾਰਾ ਫਾਰਮ ਦਿਖਾਉਂਦੇ ਹਾਂ, ਘੱਟੋ ਘੱਟ 40-50 ਘੋੜੇ ਵੀ ਦਿਖਾਵਾਂਗੇ ਤੁਹਾਨੂੰ, ਅਤੇ ਮਾਲਕ ਦੀ ਕਿਰਪਾ ਨਾਲ ਆਪਾਂ ਪਿਛਲੇ ਘੋੜਿਆਂ ਦੀ ਗੱਲਬਾਤ ਵੀ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੋਹਣਿਓ ਸੱਜਣੋ, ਦੋਨਾਂ ਭਰਾਵਾਂ ਨੂੰ ਜੀ ਤੁਹਾਡਾ ਵੀ ਬਾਈ ਬਹੁਤ ਬਹੁਤ ਧੰਨਵਾਦ, ਸ਼ੌਂਕੀ ਸਰਦਾਰ ਦਾ ਬਾਈ ਧੰਨਵਾਦ ਸਾਡੇ ਫਾਰਮ 'ਤੇ ਆਉਣ ਦਾ, ਬਹੁਤ ਬਹੁਤ ਜੀ ਜਿਉਂਦਾ ਰਹੇ ਵੀਰੇ। ਮੈਂ ਨਾ ਤੁਹਾਡੇ, ਮੈਨੂੰ ਇਸ ਗੱਲ ਦਾ ਬੜਾ ਆਨੰਦ ਆ, ਸਭ ਤੋਂ ਪਹਿਲਾਂ ਕਿ ਤੁਹਾਡੀ ਚਾਰਾਂ ਭਰਾਵਾਂ ਦੀ ਬਣਦੀ ਹੈ। ਬਸ ਬਈ ਪਰਮਾਤਮਾ ਦੀ ਕਿਰਪਾ। ਮੈਂ ਨਾ ਹੋਰ ਸਾਰੀਆਂ ਕਾਮਯਾਬੀਆਂ ਫੇਲ ਆ ਜੇ ਬੰਦਾ ਆਪਣੇ ਭਰਾਵਾਂ ਨਾਲ ਟੁੱਟਦਾ। ਸਹੀ ਹੈ, ਠੀਕ ਆ, ਪਹਿਲੀ ਗੱਲ ਆਉਂਦੀ ਨਹੀਂ। ਹਾਂਜੀ ਹਾਂਜੀ। ਤੁਹਾਡਾ ਵੀਰੇ ਮੈਂ ਕਹਿੰਦਾ ਕਿ ਮੈਂ ਆਉਣ ਸਾਰ ਇੱਕ ਚੀਜ਼ ਬਾਈ ਫੜ ਲਈ ਤੁਹਾਡੇ ਘਰੋਂ ਕਿ ਤੁਹਾਡੀ ਕਾਮਯਾਬੀ ਦਾ ਸੱਜਣਾ ਰਾਜ ਹੀ ਅਸਲ ਦੇ ਵਿੱਚ ਤੁਹਾਡੀ ਭਰਾਵਾਂ ਦਾ ਪਿਆਰ ਆ। ਜਿੱਥੇ ਇਹ ਆ ਉੱਥੇ ਬਾਕੀ ਸਾਰਾ ਕੁਛ ਥੱਲੇ ਆ। ਸਹੀ ਹੈ ਨਾ ਬਾਈ? ਬਾਈ ਅਸੀਂ ਮੰਨ ਲਓ ਘੋੜਿਆਂ ਦੇ ਵਿੱਚ ਜਾਂਦੇ ਰਹਿੰਦੇ ਹਾਂ, ਸਾਡੇ ਦੋ ਭਾਈ ਆ, ਵੱਡਾ ਸਾਰਿਆਂ ਤੋਂ ਸਾਡਾ ਨਿਰਮਲ ਹੈ ਜੀ, ਤੇ ਉਹ ਤੋਂ ਛੋਟਾ ਸਾਡਾ ਭਰਾ ਜੀਤਾ ਜੀ, ਵੀ ਉਹ ਹੋਰ ਕਾਰੋਬਾਰ ਖੇਤੀ ਦਾ ਉਹ ਦੇਖਦੇ ਆ ਜੀ, ਤੇ ਘੋੜਿਆਂ ਵਾਲੇ ਪਾਸੇ ਅਸੀਂ ਤਾਂ ਟਾਈਮ ਕੱਢ ਸਕਦੇ ਹਾਂ ਜੇ ਦੂਜੇ ਪਾਸੇ ਉਹ ਸੰਭਾਲਦੇ ਆ। ਆਪਾਂ ਸਾਰੇ ਪਾਸੇ ਮੰਨ ਲਓ ਨਹੀਂ ਕਰ ਸਕਦਾ ਬੰਦਾ ਇੱਕ ਕੰਮ। ਬਾਈ ਸ਼ੁਰੂਆਤ ਕਿੱਥੋਂ ਹੋਈ ਬਾਈ ਭਿੰਦਰ, ਕਿੱਥੋਂ ਸ਼ੁਰੂ ਕਿਵੇਂ ਹੋਏ? ਸਭ ਤੋਂ ਪਹਿਲਾਂ ਬਾਈ ਅਸੀਂ ਘੋੜੀ ਲਿਆਂਦੀ ਸੀ ਜੀ, ਇੱਕ ਲੀਲਾ ਲੰਬ ਵਾਲੀ ਵਾਲਾ ਵੱਜਦਾ ਸੀ, ਸਾਡੇ ਦਾਦਾ ਜੀ ਦਾ ਮਿੱਤਰ ਸੀ ਜੀ ਜੀ ਜੀ। ਸਭ ਤੋਂ ਪਹਿਲਾਂ ਉਹਨੇ ਸਭ ਤੋਂ ਬਾਜੇ ਖਾਨਿਓ ਘੋੜੀ ਦਵਾਈ ਸੀ ਜੀ, 33,000 33,000 ਦੀ। ਹਾਂਜੀ, ਤੇ ਉਸ ਤੋਂ ਬਾਅਦ ਹੀ ਬਸ ਜੀ ਰੱਬ ਨੇ ਬਾਂਹ ਫੜ ਲਈ, ਉਦੋਂ ਰਾਜੂ ਘੋੜਾ ਸਾਡੇ ਹੱਥ ਲੱਗ ਗਿਆ ਜੀ। ਰਾਜੂ ਕਿਵੇਂ ਆਇਆ ਆਪਣੇ ਕੋਲ? ਰਾਜੂ ਕਿਵੇਂ ਆਇਆ? ਮੇਲੇ 'ਤੇ ਗਏ ਸੀਗੇ ਜੀ, ਅਤੇ ਉੱਥੇ ਹੀ ਸਾਡੀ ਰਿਸ਼ਤੇਦਾਰੀ ਸੀ ਖੂਨਨ ਕਲਾਂ ਜੀ ਜੀ, ਅਤੇ ਉਹ ਬਾਈ ਦੇ ਕੋਲ ਹੀ ਅਸੀਂ ਬਹਿੰਦੇ ਹੁੰਦੇ ਸੀਗੇ ਜੀ। ਉਹਨਾਂ ਨੇ ਐਂ ਗੱਲਾਂ ਕਰਦੇ ਕਰਦੇ ਸਾਨੂੰ ਦੱਸਤਾ ਵੀ ਇੱਥੇ ਸਾਡੇ ਬੱਚਾ ਹੈਗਾ ਆਪਣੇ ਘੋੜੇ ਦਾ ਆਇਆ, ਉਹਦੇ ਕੋਲ ਘੋੜਾ ਬਹੁਤ ਚੰਗਾ ਸੀ, ਤਰਸੇਮ ਕੋਲੇ ਜੀ, ਖੂਨਣ ਵਾਲੇ ਕੋਲ ਜੀ, ਅਤੇ ਆਹਦਾ ਵੀ ਤੁਸੀਂ ਪਾਲ ਲਉਂਗੇ ਜੀ, ਤੇ ਬੱਚਾ ਚੰਗਾ ਗਾ ਤੁਸੀਂ ਆਓ। ਅਸੀਂ ਉਹਨਾਂ ਨੂੰ ਆਖਿਆ ਵੀ ਅਸੀਂ ਸਾਨੂੰ ਹੁਣੇ ਵਿਖਾ ਕੇ ਲਿਆਓ ਜੀ, ਉਹ ਆਂਦੇ ਨਹੀਂ ਐਡੀ ਗਾਲੀ ਕੀ ਆ ਵੀ ਕੱਲ ਨੂੰ ਆਪਾਂ ਜਾ ਵੜਾਂਗੇ। ਅਸੀਂ ਆਖਿਆ ਨਹੀਂ ਜੀ ਹੁਣੇ ਵਿਖਾ ਕੇ ਲਿਆਓ ਜੀ। ਚਲੋ ਜੀ, ਜਦੋਂ ਜਾ ਕੇ ਵੇਖਿਆ ਬੱਚਾ ਹੀ ਸਾਡੇ ਇੰਨਾ ਫਿੱਟ ਆਇਆ, ਤੇ ਅਸੀਂ ਬਸ ਜੀ ਸੌਦਾ ਕਰਕੇ ਹੀ ਮੁੜੇ ਜੀ। ਕਿਆ ਬਾਤ ਹੈ, ਕਿਆ ਬਾਤ ਹੈ! ਉਹਨੇ ਬਾਈ ਕਰਮਾਂ ਵਾਲੇ ਨੇ ਜੋ ਇੱਜ਼ਤ ਬਖਸ਼ੀ, ਹਾਂਜੀ, ਮੈਂ ਕਹਿੰਦਾ ਵੀ ਕੋਈ ਬਿਰਲਾ ਹੋਊਗਾ ਬਾਈ ਬਿੰਦਰ, ਵੀ ਬਿਰਲਾ ਘੋੜਾ ਹੋਊਗਾ ਜਿਹੜਾ ਇੰਨੀ ਇੱਜ਼ਤ। ਉਹ ਜਿਹੜਾ ਘੋੜਾ ਸੀਗਾ ਨਾ ਜੀ, ਪਰਮਾਤਮਾ ਦੀ ਕਿਰਪਾ ਨੂੰ ਉਹ ਘੋੜੇ 'ਚ ਹੌਸਲਾ ਜੀ ਤੇ ਤਾਕਤ ਇੰਨੀ ਸੀ ਵੀ ਨਹੀਂ ਹੋ ਸਕਦੀ ਸਾਡੇ ਕੋਲ, ਹੋਰ ਬਾਅਦ 'ਚ ਵੀ ਘੋੜੇ ਰਹੇ ਤੇ ਹੁਣ ਵੀ ਹੈਗੇ ਆ ਜੀ, ਪਰ ਉਹਦੇ ਜਿੰਨਾ ਹੌਸਲਾ, ਉਹਦੇ ਜਿੰਨੀ ਤਾਕਤ ਨਹੀਂ ਕਿਸੇ ਕੋਲ। ਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਬਾਈ ਬਿੰਦਰ ਹੋਣੀ ਇੰਨਾ ਉਹ ਘੋੜੇ ਨਾਲ ਮਾਨਸਿਕ ਤੌਰ 'ਤੇ ਜੁੜੇ ਹੋਇਆ ਕਿ ਉਹਦੀ ਇੱਕ ਯਾਦਗਾਰ ਬਣਾਉਣ ਦੀ ਸੋਚ ਰਿਹਾ ਕਿ ਉਹਦੀ ਫਾਰਮ 'ਤੇ ਇੱਕ ਯਾਦਗਾਰ ਬਣਾਈ ਜਾਵੇ।
ਬਹੁਤ ਵੱਡੀ ਗੱਲ ਆ। ਮਤਲਬ ਇਹ ਦੇਵਤਾ ਉਹਨੂੰ ਮੰਨਦੇ ਆ, ਪੂਜਦੇ ਆ। ਅੱਜ ਵੀ ਘੋੜਿਆਂ 'ਚ ਵੜਨ ਤੋਂ ਪਹਿਲਾਂ ਇਹ ਕਹਿੰਦੇ ਵੀ ਜਦੋਂ ਅਸੀਂ ਘੋੜਿਆਂ 'ਚ ਵੜਦੇ ਹਾਂ ਤਾਂ ਪਹਿਲਾਂ ਅਸੀਂ ਰਾਜੂ ਨੂੰ ਯਾਦ ਕਰਦੇ ਹਾਂ, ਰਾਜੂ ਨੂੰ ਯਾਦ ਕਰਦੇ ਹਾਂ। ਇਹ ਸਭ ਤੋਂ ਵੱਡੀ ਗੱਲ, ਬਹੁਤ ਵੱਡਾ ਬਾਈ ਯੋਗਦਾਨ ਆ ਜੀ ਵੀ ਰਾਜੂ ਦਾ ਸਾਡੇ ਪਰਿਵਾਰ ਤੇ ਸਾਡੇ ਪਿੰਡ ਤੇ ਜੀ। ਇਕੱਲਾ ਸਾਡੇ ਘਰ ਦਾ ਵੀ ਨਹੀਂ ਕਹਿ ਸਕਦੇ, ਸਾਡੇ ਪਿੰਡ ਦਾ ਜੀ ਕੋਈ ਜਾਣਦਾ ਹੀ ਨਹੀਂ ਜੀ। ਸਾਰੇ ਡੋਡਾ ਵਾਲੇ ਦੇ ਨਾਂ ਤੇ ਮਸ਼ਹੂਰ ਆ ਜੀ। ਕਈ ਘੋੜੇ ਤਾਂ ਨਾਂ ਤੇ ਮਸ਼ਹੂਰ ਹੁੰਦੇ ਆ ਜੀ, ਸਾਡੇ ਪਿੰਡ ਦੇ ਨਾਂ ਤੇ ਘੋੜਾ ਮਸ਼ਹੂਰ ਹੋਇਆ ਉਹ ਡੋਡਾ ਵਾਲਾ ਰਾਜੂ। ਡੋਡਾ ਵਾਲਾ ਬਸ ਉਹੀ ਵਾਲਾ ਬਿੰਦਰ ਹੁਣ ਵਾਲਾ ਰਾਜੂ ਨੀ, ਡੋਡਾ ਵਾਲਾ ਰਾਜੂ। ਸਾਨੂੰ ਤਾਂ ਬਾਈ ਫੇਸ ਵੀ ਨੀ ਕੋਈ ਜਾਣਦਾ ਹੁਣ, ਬਹੁਤ ਬੰਦੇ ਆ ਜੀ, ਬਹੁਤ ਬੰਦੇ ਜਿਹੜੇ ਜਾਣਦੇ ਨੀ ਜੀ। ਡੋਡਾ ਵਾਲਾ ਪ੍ਰਿੰਸ, ਡੋਡਾ ਵਾਲਾ ਰੂ ਅਲੀ, ਡੋਡਾ ਵਾਲਾ ਰਾਜੂ, ਡੋਡਾ ਵਾਲਾ ਮਹਾਰਾਜਾ। ਹਾਂਜੀ, ਬਸ ਉਹ ਪਿੰਡ ਦੇ ਨਾਂ ਤੇ ਮਸ਼ਹੂਰ ਹੋਏ। ਇਹ ਸਭ ਤੋਂ ਵਧੀਆ ਗੱਲ ਆ। ਮੈਂ ਪਰਸੋਂ 'ਚ ਉੱਥੇ ਵੀ ਇੱਕ ਸੱਜਣ ਨਾਲ ਗੱਲ ਕਰਦਾ ਸੀ ਵੀ ਇਹ ਗੱਲ ਪਿੰਡ ਲਈ ਵੀ ਮਾਣ ਵਾਲੀ ਹੋ ਜਾਂਦੀ ਜਦੋਂ ਕਿਸੇ ਪਿੰਡ ਦਾ ਨਾਮੀ ਬੰਦਾ ਆਪਦੇ ਪਿੰਡ ਦੇ ਨਾਂ ਨੂੰ ਅੱਗੇ ਲੈ ਕੇ। ਹਾਂਜੀ ਹਾਂਜੀ, ਸਹੀ ਹੈ ਜੀ, ਹੈ ਨਾ। ਅੱਜ ਜੇ ਆਪਾਂ ਗੱਲ ਕਰੀਏ ਨਾ ਕਿ ਉਹ ਜਿਹੜੇ ਹਿੰਦੀ ਬੋਲਦੇ ਆ ਉਹਨਾਂ ਨੂੰ ਡੋਡਾ ਕਹਿਣਾ ਵੀ ਨਹੀਂ ਆਉਂਦਾ, ਕਹੀ ਰਹੀ ਉਹ ਕੁਛ ਹੋਰ ਕਹਿੰਦੇ ਆ। ਬਹੁਤ 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 ਗੱਲਾਂ ਹਾਸੇ ਦੀਆਂ ਹੀ ਕਹਿੰਦੇ ਆ ਉਹ, ਪਰ ਅਸੀਂ ਸਾਡਾ ਜਿਹੜਾ ਮੇਨ ਮਕਸਦ ਇਹ ਸੀਗਾ ਵੀ ਕਿਸੇ ਇੱਕ ਦੇ ਨਾਂ ਤੇ ਘੋੜਾ ਨਾ ਮਸ਼ਹੂਰ ਹੋਵੇ, ਵੀ ਪਿੰਡ ਦੇ ਨਾਂ ਤੇ ਮਸ਼ਹੂਰ ਹੋਵੇ ਤਾਂ ਉਹ ਬਿਹਤਰ ਗੱਲ ਆ। ਉਹਦੀ ਕਮਾਈ ਆਪਣਾ ਪਰਿਵਾਰ ਵੀ ਖਾ ਸਕਦਾ, ਹੋਰ ਵੀ ਕੋਈ ਪਿੰਡ 'ਚੋਂ ਬੰਦਾ ਕੱਲ੍ਹ ਨੂੰ ਵੀ ਸੌਖਾ, ਉਹਨੂੰ ਸੌਖਾ ਇੱਕ ਰਸਤਾ ਬਣ ਜਾਂਦਾ, ਇੱਕ ਰਾਹ ਬਣ ਜਾਂਦਾ, ਹੈ ਨਾ ਬਾਈ। ਉਹ ਘੋੜੇ ਦੇ ਨਾਲ ਨਾਲ ਜਿੱਥੇ ਵੀ ਮਰਜ਼ੀ ਬੰਦਾ ਫਿਰਦਾ ਜੀ, ਉਦੋਂ ਨਾਂ ਲੈ ਦੇਈਦਾ ਸੀ ਵੀ ਅਸੀਂ ਉਸ ਪਿੰਡ ਦੇ ਹੀ, ਭੱਜ ਕੇ ਬੰਦਾ ਹੀ ਮਿਲਦਾ ਸੀ। ਬਾਈ ਭਿੰਦਰ ਆਪਣੇ ਕੋਲੇ ਕਿੰਨਾ ਚਿਰ ਰਿਹਾ ਰਾਜੂ, ਕਿੰਨਾ ਚਿਰ? ਰਾਜੂ ਸਾਡੇ ਕੋਲੇ 18 ਸਾਲ ਰਿਹਾ ਜੀ। ਤੇ ਪ੍ਰਿੰਸ ਕਿੰਨਾ ਚਿਰ ਰਹੇ, ਪ੍ਰਿੰਸ ਤੇ ਅਲੀ? ਪ੍ਰਿੰਸ ਰਿਹਾ ਜੀ 14 ਸਾਲ। 14 ਸਾਲ ਦਾ ਹੋ ਗਿਆ, ਅਲੀ ਸਾਢੇ 14 15 ਸਾਲ। ਅਲੀ ਉਹ ਅਲੀ ਸਾਡੇ ਕੋਲੇ ਥੋੜਾ ਜਿਹਾ ਲੇਟ ਆਇਆ ਸੀਗਾ ਜੀ, ਜਦੋਂ 15 ਸਾਲ ਦੀ ਉਮਰ 'ਚ ਸੀਗੇ ਜਦੋਂ ਅਸੀਂ ਵੇਚੇ ਆ ਦਿੱਤੇ ਆ। ਤੇ ਜਦੋਂ ਅਲੀ ਸਾਡੇ ਕੋਲੇ ਆਇਆ ਸੀਗਾ, ਜਾਣੀ 4 ਦੰਦ ਹੁੰਦਾ ਸੀਗਾ, 2 ਦੰਦ ਸੀਗਾ ਜਦੋਂ ਸਾਡੇ ਕੋਲੇ ਆਇਆ ਸੀ ਬਾਈ ਰੇਂਪਲ ਤੋਂ ਲਿਆ ਸੀ ਰੋਡਿਆਂ ਵਾਲੇ ਤੋਂ। ਇਹ ਗੱਲ ਮਤਲਬ ਕਹਿਣ ਨੂੰ ਸ਼ਾਇਦ ਤੁਹਾਨੂੰ ਲੱਗੂਗਾ ਕਿ ਯਾਰ ਵੀ ਕੋਈ ਉੱਚੀ ਗੱਲ ਕਰਦਾ, ਪਰ ਅਸਲ ਗੱਲ ਤੁਹਾਨੂੰ ਇਹ ਦੱਸਦਾ ਕਿ ਰਿਲਾਇੰਸ ਨੂੰ ਜੇ ਪਹਿਲਾਂ ਭਾਰਤ 'ਚ ਘੋੜੇ ਪਸੰਦ ਆਏ ਤਾਂ ਉਹ ਇਸ ਫਾਰਮ ਦਾ। ਹਾਂਜੀ ਹਾਂਜੀ ਬਾਜੀ, ਉਹ ਹੈ ਨਾ ਬਾਈ। ਹਾਂਜੀ, ਜੇ ਸਭ ਤੋਂ ਵੱਡੀ ਗੱਲ ਆ ਕਿ ਐਡੇ ਵੱਡੇ ਬੰਦੇ ਨੂੰ ਅੰਬਾਨੀ ਨੂੰ ਹਿਲਾ ਦੇਣਾ। ਜਿਹੜਾ ਦੇਖ ਕਈ ਬੰਦੇ ਤਾਂ ਗੱਲ ਨਹੀਂ ਕਰਦੇ ਜੀ ਵੀ ਜੀ ਬਾਈ ਪ੍ਰਸ਼ਾਂਤ ਹੋ ਗਿਆ ਜੀ, ਬੰਬੇ ਵਾਲਾ ਬਾਈ ਪ੍ਰਸ਼ਾਂਤ ਗੁੰਜਾਲਕਰ ਜੀ, ਤੇ ਰਿਲਾਇੰਸ ਜੀ, ਹੋਰ 2-3 ਪਾਰਟੀਆਂ ਜੀ, ਵੀ ਉਹਨਾਂ ਬੰਦਿਆਂ ਦਾ ਘੋੜਿਆਂ ਵਾਲੇ ਦੇ ਨਹੀਂ ਦੇ ਸਕਦੇ। ਵੀ ਘੋੜਿਆਂ ਦੇ ਅੱਜ ਜਿਹੜੇ ਰੇਟ ਵਧੇ ਜਾਂ ਕੁਛ ਵੀ ਹੈ, ਉਹ ਰਿਲਾਇੰਸ ਵਾਲਿਆਂ ਵਾਸਤੇ ਲਾ ਲਓ, ਉਹਦੇ ਵਿੱਚ ਬਾਈ ਪ੍ਰਸ਼ਾਂਤ ਲਾ ਲਓ, ਬਾਈ ਮੰਨੂ ਸ਼ਰਮੇ ਵਰਗੇ ਵੀ ਜਿਹੜੇ ਬੰਦੇ, ਜਾਂ ਬਾਈ ਪਰਮ ਵਰਗੇ ਵੀ, ਇਹਨਾਂ ਬੰਦਿਆਂ ਦਾ ਵੀ ਬਹੁਤ ਵੱਡਾ ਵੀਰੇ। ਮੈਂ ਤੁਹਾਨੂੰ ਇਹ ਗੱਲ ਜਮਾਂ 100% ਸਹੀ ਆ, ਜਦੋਂ ਨਾ ਦੇਖੋ ਗੱਲ ਸੁਣੋ ਮੇਰੀ, ਪੰਜਾਬ ਦੇ ਵਿੱਚ ਮੰਨ ਲਓ ਵੀਰੇ, ਮੈਂ ਤੁਹਾਡੇ ਤੋਂ 20 ਲੱਖ ਦਾ ਘੋੜਾ ਲੈ ਲਿਆ, ਉਹਦੇ 'ਚ ਪੰਜਾਬ ਦਾ ਕੋਈ ਫਾਇਦਾ ਨਹੀਂ ਹੋਇਆ। ਸਹੀ ਹੈ, ਕਿਉਂਕਿ ਇੱਕ ਘਰੋਂ ਪੰਜਾਬ 'ਚੋਂ ਘੋੜਾ ਪੈਸੇ ਚੱਕੇ ਤੁਹਾਡੇ ਘਰੇ ਪੰਜਾਬ 'ਚ ਆ ਗਏ, ਉਹਦੇ ਨਾਲ ਪੰਜਾਬ ਦਾ ਕੋਈ ਫਾਇਦਾ ਨਹੀਂ। ਸਹੀ ਹੈ ਜੀ, ਸਹੀ ਹੈ। ਫਾਇਦਾ ਪੰਜਾਬ ਦਾ ਉਦੋਂ ਹੁੰਦਾ ਜਦੋਂ 1 ਕਰੋੜ ਰੁਪਈਆ ਬੰਬੇ ਤੋਂ ਆਉਂਦਾ, 10 ਕਰੋੜ ਰੁਪਈਆ ਬੰਬੇ ਤੋਂ ਆਇਆ, ਮਹਾਰਾਸ਼ਟਰ ਤੋਂ ਆਇਆ, ਗੁਜਰਾਤ ਤੋਂ ਆਇਆ, MP ਚੋਂ ਆਇਆ, UP ਚੋਂ ਆਇਆ, ਹੈ ਨਾ ਬਾਈ। ਉਦੋਂ ਪੰਜਾਬ ਦਾ ਫਾਇਦਾ, ਹੁਣ ਮੰਨ ਕੇ ਚੱਲੋ ਗੈਰੀ ਹੋਣਾ ਨੇ ਘੋੜਾ ਮਹਾਰਾਸ਼ਟਰ ਪੂਨੇ ਵੇਚਿਆ, ਸਚਿਨ ਹੋਣਾ, ਤਾਂ ਉਹ ਪੈਸਾ ਪੰਜਾਬ 'ਚ ਆਇਆ, ਬੇਸ਼ੱਕ ਉਹਨੇ ਵੱਟੇ, ਗੈਰੀ ਨੇ ਵੱਟੇ, ਪਰ ਪੈਸਾ ਘੁੰਮਿਆ ਤਾਂ ਸਰਕੂਲੇਟ ਤਾਂ। ਹਾਂਜੀ ਹਾਂਜੀ, ਕੋਈ ਬਾਹਰੋਂ ਪੈਸਾ ਬਾਈ ਜੀ ਆਉਂਦਾ ਪੰਜਾਬ 'ਚ, ਉਹ ਆਪਾਂ ਕਈ ਵਾਰੀ ਕਿਸੇ ਦਾ ਘੋੜਾ ਵੇਚਦਾ ਬੰਦਾ ਜਲਨ ਕਰਦਾ, ਜਲ ਨਹੀਂ ਕਰਨੀ ਚਾਹੀਦੀ। ਜਦੋਂ ਜੇ ਕੋਈ ਬੰਦਾ ਘੋੜਾ ਵੇਚਦਾ ਉਹਦੇ ਮਾਰਕੀਟ 'ਚ ਉਹਦੇ ਕੋਲ ਪੈਸੇ ਆਉਂਦੇ, ਉਹ ਕਿਸੇ ਨਾ ਕਿਸੇ ਤੋਂ ਖਰੀਦੂਗਾ, ਆਪਣੇ ਤੋਂ ਨਾ ਖਰੀਦੂ, ਕਿਸੇ ਤੋਂ ਹੋਰ ਖਰੀਦੂ, ਜੀ ਤੋਂ ਉਹ ਖਰੀਦੂ, ਉਹ ਆਪਣੇ ਤੋਂ ਖਰੀਦ ਲੂ। ਹੁਣ ਮੰਨ ਕੇ ਚੱਲੋ ਜਦੋਂ ਬਾਈ ਆਪਣੇ ਪ੍ਰਿੰਸ ਅਤੇ ਅਲੀ ਗਏ, ਹਾਂਜੀ, ਹੁਣ ਪੈਸੇ ਵੱਟ ਲਏ, ਪੈਸੇ ਤਾਂ ਪਏ ਆ ਸੰਦੂਕ 'ਚ, ਹਾਂਜੀ, ਜਦੋਂ ਕਮਰੇ ਖਾਲੀ ਦਿਸੇ ਤੇ ਉਦੋਂ ਫਿਰ ਤੁਸੀਂ ਕਿਹੜਾ ਕਿਸੇ ਨਾਲ ਭਾਅ ਕੀਤਾ? ਹਾਂਜੀ ਹਾਂਜੀ, ਅਸੀਂ ਵੀ ਬਾਈ ਸਹੀ ਹੈ ਜੀ, ਇਹ ਵੇਚਣ ਤੋਂ ਅਸਲ ਵਿੱਚ ਜਿੱਦੇ ਸਾਡੀ ਗੱਲ ਹੋ ਗਈ ਸੀ, ਅਸੀਂ 3 ਦਿਨ ਪਹਿਲਾਂ ਖਰੀਦਣੇ ਖਾਲੀ ਨਹੀਂ ਸਕਦੇ ਯਾਰ। ਹਾਂ ਬਈ, ਕਮਰਾ ਅਗਲਾ ਦਾ ਯਾਰ ਜਾਨ ਨਿਕਲ ਜੂਗੀ ਯਾਰ, ਐਡੇ ਐਡੇ ਮਹਾਨ ਘੋੜੇ ਕਿਹੜੇ ਸੀ, ਹੈ ਨਾ? ਨਹੀਂ ਬਈ, ਘਰ ਹੀ ਦੇਖੋ, ਚਲੋ ਆਪਾਂ ਵੇਚੇ ਵੀ, ਪਰ 10-15 ਦਿਨ ਘਰੇ ਮਨ ਨਹੀਂ ਲੱਗਿਆ ਫਿਰ ਵੀ। ਹਾਂ ਚਲੋ, ਆਪਾਂ ਕਿਸਾਨ ਬੰਦੇ ਆ ਬਈ, ਵੀ ਕਿਸਾਨ ਬੰਦੇ ਨੂੰ ਪੈਸਾ ਵੀ ਜ਼ਰੂਰਤ ਹੈ, ਕਿਸਾਨ ਦੀ ਮੁੱਢਲੀ ਮੰਨ ਲਓ ਵੀ ਜਿਹੜੀ ਅਸਲ ਆ, ਜਿਹੜੀ
ਦਿਮਾਗ ਹੁੰਦਾ ਜ਼ਮੀਨ ਤੇ ਟਿਕਿਆ ਜ਼ਮੀਨ ਤੇ ਹੁੰਦਾ ਕੋਈ ਵੀ ਛੋਟਾ ਕਿਸਾਨ ਆ ਜਿਹੜਾ ਉਹਨੂੰ ਆਇਆ ਵੀ ਕੋਈ ਵੀ ਚੀਜ਼ ਮੇਰੀ ਵਿਕੇ ਤਾਂ ਮੈਂ ਜ਼ਮੀਨ ਖਰੀਦਾਂ ਜ਼ਮੀਨ ਖਰੀਦਾਂ ਪਰ ਫਿਰ ਵੀ ਕਿਸੇ ਚੀਜ਼ ਨਾਲ ਇੰਨਾ ਲਗਾ ਹੁੰਦਾ ਵੀ ਜਦੋਂ ਆਪਾਂ ਉਹ ਚੀਜ਼ ਵੇਚਦੇ ਆ ਪੈਸੇ ਲੈ ਕੇ ਵੀ ਮਨ ਨੂੰ ਥੋੜਾ ਜਿਹਾ ਹੁੰਦਾ ਐਂ ਲੱਗਦਾ ਘਾਟਾ ਪੈ ਗਿਆ ਹਾਂ ਉਹ ਨਹੀਂ ਬੜੇ ਸੱਜਣਾ ਮਿੱਤਰਾਂ ਦੇ ਆਏ ਵੀ ਬਈ ਤੁਸੀਂ ਗਲਤ ਕੀਤਾ ਐਂ ਕੀਤਾ ਐਂ ਕੀਤਾ ਪਰ ਬੰਦੇ ਨੂੰ ਹਰ ਸਾਰਾ ਪਾਸਾ ਹੀ ਦੇਖਣਾ ਪੈਂਦਾ ਵੀ ਯਾਰ ਹੁਣ ਦੇਖ ਬਾਈ ਗੱਲ ਸੁਣ ਸੋਹਣਿਆ ਪੈਸੇ ਦੀ ਖਾਤਰ ਮੈਨੂੰ ਕੱਲ ਨੂੰ ਪ੍ਰੀਤ ਕਨੇਡਾ ਤੋਰਨਾ ਪਵੇ ਸਹੀ ਹੈ ਬਾਈ ਤੋਰਨਾ ਪਊਗਾ ਹੀ ਪਊਗਾ ਮੇਰਾ ਦਿਲ ਥੋੜਾ ਕਰਦਾ ਹੋਊਗਾ ਵੀ ਮੇਰਾ ਬੱਚਾ ਯਾਰ ਮੈਂ ਇਹਨੂੰ ਤੋਰ ਦਿਆਂ ਪਰ ਮੈਨੂੰ ਤੋਰਨਾ ਪਊਗਾ ਨਾ ਸਹੀ ਹੈ ਬਸ ਇਹੀ ਗੱਲ ਹੈ ਜੀ ਹੈ ਤੋਰਨਾ ਪਊਗਾ ਨਾ ਤੇ ਫਿਰ ਐ ਥੋੜਾ ਆ ਕਿ ਮੇਰਾ ਬੱਚਾ ਨਹੀਂ ਰਿਹਾ ਮੈਂ ਤਾਂ ਤੋਰਤਾ ਸਹੀ ਹੈ ਅਸਲ ਦੇ ਵਿੱਚ ਪੈਸਾ ਵੀ ਲੋੜ ਆ ਜ਼ਰੂਰ ਬਾਈ ਪੈਸਾ ਜਾਨੀ ਸ਼ੌਂਕ ਹੋਰ ਚੀਜ਼ ਹੈ ਪੈਸਾ ਜ਼ਰੂਰਤ ਹੈ ਜ਼ਰੂਰਤ ਹੈ ਪੈਸਾ ਬੰਦੇ ਦੀ ਜ਼ਰੂਰਤ ਹੈ ਜ਼ਰੂਰਤ ਹੈ ਵੀਰੇ ਜ਼ਰੂਰਤ ਆ ਪਰ ਹਾਂ ਇੰਨਾ ਕੀ ਜ਼ਰੂਰ ਆ ਕਿ ਸਿਆਣੇ ਕਹਿੰਦੇ ਹੁੰਦੇ ਆ ਬਈ ਜ਼ਰੂਰਤ ਵੇਲੇ ਆਉਂਦਾ ਰਹੇ ਹਾਂ ਹੈ ਨਾ ਵੀ ਬਾਈ ਆਹ ਰੱਖਿਆ ਉਹ ਭਾਈ ਸਾਰਾ ਇਹ ਵੀ ਕੰਮ ਕਰੀ ਬੈਠੇ ਉਹ ਦੇਖ ਪ੍ਰੀਤ ਅੱਜ ਨਮਾਇਆ ਨਹੀਂ ਤੇਲ ਧੂਲ ਨਹੀਂ ਲਵਾਇਆ ਅਸੀਂ ਇਹਦੇ ਇਹਦਾ ਪਿਓ ਨੂੰ ਲੈ ਕੇ ਗਏ ਸੀਗੇ ਜੀ ਉੱਥੇ ਇਹ ਵੀ ਇਹਦਾ ਪਿਓ ਵੀ ਪਹਿਲਾਂ ਸਭ ਤੋਂ ਪਹਿਲਾਂ ਰਿਲਾਇੰਸ ਗਿਆ ਜੀ ਪ੍ਰਿੰਸ ਵਨ ਦੇ ਨਾਂ ਤੇ ਪ੍ਰਿੰਸ ਵਨ ਦੇ ਨਾਂ ਤੇ ਹਾਂ ਪ੍ਰਿੰਸ ਵਨ ਦੇ ਨਾਂ ਤੇ ਅਸੀਂ ਸੀਵਨ ਵੀ ਤਿਆਰ ਕਰਾਇਆ ਸੀਗਾ ਯਾਰ ਆਪਾਂ ਯਾਰ ਇਹ 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 ਨਹੀਂ ਦਿਖਾਇਆ ਬਾਜੀ ਆ ਭੁੱਲ ਗਏ ਇਹ ਭੁੱਲ ਗਏ ਘੋੜਿਆਂ ਕੋਲੇ ਲੈ ਕੇ ਚੱਲਦਾ ਕਿਸੇ ਕੋਲੇ ਇੱਕ ਸਾਨ ਦੋ ਸਾਨ ਤਿੰਨ ਦੇਖੇ ਹੋਣਗੇ ਪਰ ਇਹ ਮੇਰੀ ਵੀਡੀਓ ਚ ਪਹਿਲਾ ਵੀ ਜਦੋਂ ਕਿਸੇ ਦੇ ਘਰੇ ਇੰਨੇ ਨੁਕਰੇ ਸਾਨ ਹੋਣ ਕਿੰਨੇ ਸਾਨ ਆ ਬਾਈ ਆਪਣੇ ਕੋਲ ਨੁਕਰੇ ਟੋਟਲ ਕਿੰਨੇ ਆਪਣੇ ਕੋਲ ਟੋਟਲ ਆਪਣੇ ਕੋਲ 32 ਜਾਨਵਰ 32 ਨਾਗਾ ਤੇ ਆ ਲੈ ਭਾਈ ਆ ਏ ਮਹਾਰਾਣਾ ਕਰਮਾ ਵਾਲਾ ਜਿਹਨੇ ਆ ਕੇ ਬਿੰਦਰ ਹੋਣਾ ਦਾ ਜੀ ਲਵਾਇਆ ਕਿ ਭਾਈ ਜੇ ਪ੍ਰਿੰਸ ਅਤੇ ਯਾਰ ਬਿਊਟੀ ਬਹੁਤ ਆ ਯਾਰ ਘੋੜੇ 'ਚ ਹੈ ਨਾ ਵੀਰੇ ਬਾਈ ਸਾਡਾ ਜੇ ਪ੍ਰਿੰਸ ਤੋਂ ਬਾਅਦ ਕੋਈ ਸੋਹਣਾ ਘੋੜਾ ਜਾਂ ਸਾਡੇ ਮਨ ਨੂੰ ਲੱਗਿਆ ਉਹ ਇਹੀ ਲੱਗਿਆ ਸੋਹਣਾ ਬਾਲਾ ਯਾਰ ਸੋਹਣਾ ਬਾਲਾ ਦੁੱਧ ਦੰਦ ਤੋਂ ਲੈ ਕੇ ਪ੍ਰੀਤ ਉਧਰ ਗੌਰ ਕਰੀ ਦੁੱਧ ਦੰਦ ਤੋਂ ਲੈ ਕੇ ਬਈ ਹੁਣ ਤੱਕ ਇਹ ਤਕਰੀਬਨ ਇਹਨੇ 10 ਕੁ ਸ਼ੋਅ ਜਿੱਤ ਲਿਆਉਣੇ ਜੀ 10 ਸ਼ੋਅ ਜਿੱਤ ਗਿਆ ਤੇ ਬਾਈ ਜਦੋਂ ਮੈਂ ਇਹਨੂੰ ਪਹਿਲਾਂ ਜਾਣਦਾ ਸੀ ਉਦੋਂ ਇਹ ਗਰਮ ਬਾਲਾ ਸੀਗਾ ਨਹੀਂ ਬਹੁਤ ਠੰਡਾ ਗਰਮ ਬਾਕੀ ਇਹ ਹੱਥ ਬਹੁਤ ਫਿਰਦਾ ਜੀ ਹੁਣ ਬਾਲਾ ਤੁਸੀਂ ਯਾਰ ਝਾੜੀ ਚ ਜੀ ਦੋ ਦੋ ਤਿੰਨ ਤਿੰਨ ਵਾਰੀ ਹੱਥ ਗਰਮੀ ਦੇ ਵਿੱਚ ਬਾਈ ਸੁਖਜਿੰਦਰ ਘੋੜੇ ਦਾ ਨਹੀਂ ਕਸੂਰ ਘੋੜੇ ਦੇ ਮਾਲਕ ਦਾ ਕਸੂਰ ਹੁੰਦਾ ਜਦੋਂ ਇੱਕ ਘੋੜੇ ਨੂੰ ਆਪਾਂ ਬੰਨਤਾ ਉਹ ਆਪਾਂ ਕੱਢਣਾ ਹੀ ਨਹੀਂ ਘੋੜੇ ਦਾ ਕੀ ਕਸੂਰ ਆ ਯਾਰ ਘੋੜੇ ਦਾ ਤਾਂ ਖੁਰਾਕ ਖਾਂਦਾ ਘੋੜੇ ਤਾਂ એનર્ਜੀ ਵੇਸਟ ਕਰਨੀ ਹੈ ਕਿਤੇ ਨਾ ਕਿਤੇ ਲਾਉਣੀ ਹੈ ਉਹਨੇ ਇਹਨੂੰ ਬਾਈ ਜਾਣੀ ਜਦੋਂ ਸਟਾਰਟਿੰਗ ਸਾਡੇ ਕੋਲ ਆਇਆ ਕਰਦਾ ਬਹੁਤ ਸੀਗਾ ਪਰ ਇਹਨੂੰ ਦਿਨ ਦੇ ਵਿੱਚ ਕੋਈ ਦੇਖਣ ਵਾਲਾ ਆ ਗਿਆ ਕੋਈ ਆਪਣਾ ਰੋਡ ਤੇ ਫਾਰਮ ਕਰਕੇ ਕੋਈ ਦੇਖਣ ਵਾਲਾ ਕੋਈ ਘੋੜੀ ਕ੍ਰੋਸਿੰਗ ਵਾਲਾ ਆ ਗਿਆ ਕੋਈ ਫੋਟੋ ਖਿਚਾਉਣ ਵਾਲਾ ਆ ਗਿਆ ਇਹ ਦਿਹਾੜੀ 'ਚ 7-8 ਵਾਰੀ ਬਾਹਰ ਨਿਕਲਦਾ ਆਪਦੇ ਪੈਟਕ ਤੋਂ ਤੇ ਉਹਦੇ ਲਈ ਵੀ ਇਹਦੇ ਮੰਨ ਲਓ ਮਨ 'ਚ ਸ਼ਾਂਤੀ ਰਹਿੰਦੀ ਹੈ ਇੱਕ ਯਾਰ ਮੈਂ ਨਾ ਤੁਹਾਨੂੰ ਹੋਰ ਕੰਮ ਦੀ ਗੱਲ ਦੱਸਦਾ ਬੰਦੇ ਨਾ ਕਹਿੰਦੇ ਹੁੰਦੇ ਆ ਵਾਹ ਪੈ ਜਾਣਗੇ ਤੇ ਜਾਂ ਰਾਹ ਪੈ ਜਾਣਗੇ ਮੈਂ ਇਹ ਬੰਦਿਆਂ ਕੋਲ ਆਇਆ ਮੈਨੂੰ ਇਹ ਬੰਦਿਆਂ 'ਚੋਂ ਘੋੜੇ ਦਾ ਪਾਰਖੂ ਤਾਂ ਲੱਭੇ ਹੀ ਲੱਭਿਆ ਮੈਂ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਹੌਰਸ ਲਵਰ ਬੜੇ ਆ ਯਾਰ ਦੋਨੇ ਭਰਾ ਘੋੜਿਆਂ ਨੂੰ ਮੁਹੱਬਤ ਬੜੀ ਕਰਦੇ ਆ ਇਹਨਾਂ ਦੇ ਘੋੜੇ ਇਹਨਾਂ ਦੇ ਆਖੇ ਬੜਾ ਲੱਗਦੇ ਆ ਆ ਦੇਖੋ ਮੈਨੂੰ ਐਂ ਲੱਗਦਾ ਸੀ ਕਿ ਹੱਥ 'ਤੇ ਬਾਈ ਤੇਰੇ ਵੱਢ ਲੂਗਾ ਇਹ ਹੈ ਨਾ ਤੇ ਇਹ ਪਿਆਰ ਕਰਦਾ ਤੇ ਸਾਰੇ ਹੀ ਐਵੇਂ ਕਰਦੇ ਆ ਬਈ ਸੁਖਜਿੰਦਰ ਬਾਈ ਕੁਦਰਤ ਦੀ ਦੇਣ ਆ ਸਾਨੂੰ ਘੋੜੇ ਰੱਖਦਿਆਂ ਨੂੰ 27-28 ਸਾਲ ਹੋ ਗਏ ਜੇ ਕੋਈ ਘੋੜੀ ਵੱਢਦੀ ਵੀ ਹੈ ਸਾਡੇ ਘਰੇ ਉਹਨੇ ਆ ਕੇ ਵੱਢਿਆ ਜਿਹੜੇ ਬੰਦੇ ਕਹਿੰਦੇ ਵੀ ਘੋੜੀ ਬਾਈ ਬੰਦੇ ਦੇਖ ਕੇ ਖੋਲਿਓ ਤੇ ਘੋੜੀ ਖਾ ਜਾਂਦੀ ਹੈ ਅਸੀਂ ਬਾਈ ਜਾ ਕੇ ਲਗਾਮ ਪਾ ਕੇ ਘੋੜੀ ਕ੍ਰੋਸ ਕਰਾ ਦਿੱਤੀ ਅੱਜ ਤੱਕ ਸਾਡੇ ਘਰੇ ਘੋੜੇ ਨੇ ਦੰਦੀ ਨਹੀਂ ਵੱਢੀ ਕਿਆ ਬਾਤ ਇਹ ਪਰਮਾਤਮਾ ਦੀ ਦੇਣ ਆ ਨਹੀਂ ਇਹ ਪਰਮਾਤਮਾ ਦੀ ਦੇਣ ਆ ਜ਼ਰੂਰ ਇਹ ਤੁਹਾਨੂੰ ਦੇਣ ਆ ਜਿਹੜੀ ਤੁਹਾਡੇ ਦਿਲ ਦੇ ਵਿੱਚ ਘੋੜਿਆਂ ਲਈ ਮੁਹੱਬਤ ਆ ਇਹ ਬਾਈ ਦੇਖ ਇੱਕ ਗੱਲ ਆ ਸੋਹਣਿਆ ਮੈਂ ਤੇਰੇ ਕੋਲੇ 100 ਝੂਠ ਮਾਰ ਦੂੰਗਾ
तू मेरे को 100 मार लेगा। इनू साडी जवान वाली भाषा नहीं आउंदी। इहदे कोले जे तेरे दिल च सच्चा प्यार हैगा तां उही चलना। सही है भाई, बनावट इहदे कोले चलनी होई नहीं। महाराणे बारे गलबात मैं दस दिया, जिहड़ियां मेन गल्लां सी करन वालियां भुल गए। महाराणा भाई दलशेर काकी दा बच्चा है, भाई मिंटू कोले अर्जन घोड़ा सी उहदा पोतरा इह है ना भाई, मां वाले पास्यों इह कीदा है? ਇਹ ਬਈ ਸ਼ਹਿਜਾਦੀ ਘੋੜੀ ਹੈ ਜੀ। ਸ਼ਹਿਜਾਦੀ ਘੋੜੀ ਹੈ ਬਈ, ਹੈਪੀ ਦਾਦਾ ਵਾਲਿਆਂ ਦੇ ਜਾਂ ਤਾਰੀ ਕੇ ਘਰੇ ਉਹਨਾਂ ਦੀ ਬਰੀਡ ਹੋਇਆ ਬਈ। ਤਹਿਸੀਲਦਾਰ ਸਟੱਡ ਫਾਰਮ ਚ ਹੈ ਜੀ, ਸਟੱਡ ਫਾਰਮ ਫਿਰੋਜ਼ਪੁਰ। ਹਾਂਜੀ ਫਿਰੋਜ਼ਪੁਰ। ਇਹ ਜਾਣੀ ਬਈ ਤਾਰੀ ਦਾ ਤੇ ਹੈਪੀ ਦਾਦਾ ਬਰੀਡ ਕੀਤਾ ਹੋਇਆ ਘੋੜਾ। ਜਰ ਮੈਂ ਇੱਕ ਗੱਲ ਦੇਖੀ ਆ, ਹੈਪੀ ਦਾਦਾ ਵਾਲੇ ਵੀ ਬਹੁਤ ਤਕੜੇ ਬਰੀਡਰ ਆ। ਹਾਂਜੀ ਬਹੁਤ ਵਧੀਆ ਘੋੜੀਆਂ ਬਈ। ਚਲੋ ਉਹਨਾਂ ਨੇ ਲਾਈਨ ਬਦਲਤੀ, ਜੇ ਨੁਕਰੀਆਂ ਘੋੜੀਆਂ ਦੀ ਜਾਂ ਕੋਈ ਕਲੈਕਸ਼ਨ ਸੀਗੀ ਉਹ ਤਾਰੀ ਅਤੇ ਹੈਪੀ ਤੋਂ ਉੱਪਰ ਕਿਸੇ ਕੋਲ ਨਹੀਂ ਸੀ। ਹੈ ਨਹੀਂ ਉਹ ਜਦੋਂ ਮੈਂ ਉੱਥੇ ਸ਼ੋਅ 'ਤੇ ਬੋਲਿਆ ਕਰਾਂ ਵੀ ਆਹ ਫਲਾਨਾ ਘੋੜਾ, ਉਹ ਕਹਿਣੇ ਸਾਡਿਓਂ ਬਰੀਡ ਹੋਇਆ, ਉਹ ਆ ਕੇ ਝੱਗਾ ਫੜ ਲੈਣਾ ਮੇ ਇਹ ਸਾਡਿਓਂ ਬਰੀਡ ਹੋਇਆ। ਮੈਂ ਕਹਿਣਾ ਵੀ ਧੰਨ ਆ ਬਈ ਭਰਾਵੋ ਤੁਸੀਂ, ਵੀ ਜਿਹਨਾਂ ਦੇ ਘਰ ਇੰਨੇ ਘੋੜੇ ਬਰੀਡ ਹੋਏ ਆ। ਆਹ ਦੂਸਰੇ ਨੰਬਰ 'ਤੇ ਘੋੜੇ ਕੋਲ ਆ ਗਿਆ, ਇਹ ਘੋੜਾ ਹੈਗਾ ਸ਼ੇਰੂ ਸਰਦਾਰ, ਸਰਦਾਰ 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 ਘੋੜਾ। ਇਹ ਬਈ ਦਿਖਾਇਆ ਨਹੀਂ ਮਾਰਕੀਟ 'ਚ ਤੁਸੀਂ? ਮਾਰਕੀਟ ਦੇ ਵਿੱਚ ਬਈ ਕਾਹ ਤੋਂ ਨਹੀਂ ਦਿਖਾਉਂਦੇ? ਇਹਨੂੰ ਨਾ ਕ੍ਰੋਸਿੰਗ 'ਤੇ ਬਈ ਛੱਡਦੇ ਨਹੀਂ ਹਜੇ, ਦੁੱਧਾਂ ਦਾ ਬੱਚਾ ਜੀ। ਅਤੇ ਜਦੋਂ ਆਪਾਂ ਮਾਰਕੀਟ ਜ਼ਿਆਦਾ ਦਿਖਾਵਾਂਗੇ ਉਹਦੀ ਕ੍ਰੋਸਿੰਗ ਦੀ ਮੰਗ ਆਉਂਦੀ ਹੈ ਵੀ ਅਸੀਂ ਘੋੜੀ ਭਰਾਉਣੀ ਹੈ, ਪਰ ਹਜੇ ਇਹ ਨੂੰ ਪਰਦੇ ਦੇ ਪਿੱਛੇ ਹੀ ਰੱਖਿਆ ਵਾ ਵੀ ਜਦੋਂ ਕ੍ਰੋਸਿੰਗ 'ਤੇ ਛੱਡਣ ਲੱਗੇ ਉਦੋਂ ਹੀ ਬਾਹਰ ਕੱਢਣਾ। ਪ੍ਰੀਤ ਇੱਧਰ ਦੇਖੀ ਬਈ, ਯਾਰ ਤੁਸੀਂ ਪਿਆਰ ਬਹੁਤ ਕਰਦੇ ਘੋੜੇ, ਘੋੜਾ ਤੁਹਾਡਾ ਪਿਆਰ ਕਰਦੇ। ਆਪਾਂ ਨੂੰ ਦੇਣੀ ਇਹਨਾਂ ਦੀ ਆਈ ਬਈ, ਇਹਨਾਂ ਦੇਖਣ ਵਾਲੇ ਵੇਖ ਲਿਓ ਯਾਰ, ਘੋੜੇ ਐਂ ਪਲਦੇ ਹੁੰਦੇ ਆ, ਘੋੜੇ ਖੁਰਾਕ ਨਾਲ ਨਹੀਂ ਪਲਦੇ ਹੁੰਦੇ ਯਾਰ, ਘੋੜੇ ਖਤਰਨਾਕ ਨਹੀਂ ਹੁੰਦੇ ਲੈ ਯਾਰ। ਘੋੜੇ ਮੁਹੱਬਤ ਵਾਲਾ ਜਾਨਵਰ ਆ। ਮੈਂ ਕਹਿੰਦਾ ਕਿ ਘੋੜੇ ਦਾ ਦੂਸਰਾ ਨਾਮ ਹੀ ਮੁਹੱਬਤ ਆ ਯਾਰ। ਸਹੀ ਹੈ, ਬਿਲਕੁਲ ਸਹੀ ਗੱਲ ਹੈ ਨਾ ਬਈ। ਸਹੀ ਹੈ, ਆਹ ਦੇਖੋ ਯਾਰ, ਆਹ ਤੁਹਾਡੇ ਸਾਹਮਣੇ ਆ, ਦੇਖੋ ਲੈ ਲੈ। ਤੇ ਖਾਣ ਨੂੰ ਤਾਂ ਇਹ ਯਾਰ ਬੰਦਾ ਅੱਧਾ ਖਾ ਜੂਗਾ ਯਾਰ, ਮਗਰਲੇ ਪਾਸੇ ਖੜਾ ਯਾਰ, ਇਹ ਤੋਂ ਕਿੱਥੇ ਬਚ ਜਾਾਂਗੇ ਆਪਾਂ ਯਾਰ ਬਾਈ, ਹੈ ਨਾ? ਸਹੀ ਹੈ ਬਈ। ਇਹ ਕਿਹਦਾ ਬਾਈ ਇਹ? ਇਹ ਅਲੀ ਘੋੜੇ ਦਾ ਬੱਚਾ ਜੀ, ਜਿਹੜਾ ਆਪਣੇ ਕੋਲੇ ਅਲੀ ਹੁੰਦਾ ਸੀ। ਅਲੀ ਦਾ ਇਹਦਾ ਪਿਓ ਅਲੀ ਹੈ ਜੀ, ਦਾਦਾ ਇਹਦਾ ਹੈਗਾ ਰਾਜੂ। ਦਾਦਾ ਰਾਜੂ ਆ, ਅਲੀ ਦਾ ਬੱਚਾ ਇਹ, ਤੇ ਮਾਂ ਮਾਂ ਹੁਣ ਜੀ ਹੈਗੀ ਹੈ ਇਹਦੀ ਉੱਥੇ ਲਾਲ ਬਾਈ, ਲਾਲ ਬਾਈ ਨੁਕਰੀ ਘੋੜੀ ਹੈ ਜੀ। ਆਪਾਂ ਹੀ ਘੋੜੀ ਆ ਉਹ ਮੁੰਡੇ ਨੂੰ ਲੈ ਕੇ ਦਿੱਤੀ ਸੀ ਗੱਬਣ ਆਪਣੇ ਘਰੋਂ ਘੋੜੀ, ਜਦੋਂ ਅਸੀਂ ਲੈ ਕੇ ਦਿੱਤੀ ਇਹ ਪੈਦਾ ਹੋਇਆ ਲਾਲ ਬਾਈ। ਤੇ ਇਹ ਬਈ ਇਹ ਛੱਡਣ ਤਾਂ ਨਹੀਂ ਲੱਗੇ ਹਜੇ ਦੁੱਧ ਦਾ ਬੱਚਾ, ਇਹਦੀ ਹਾਈਟ ਕਿੰਨੀ ਹੋ? 65 ਇੰਚ ਹੈ। 65 ਇੰਚ ਹੈ, 65 ਇੰਚ ਹਾਈਟ ਕਰ ਇਧਰ ਵੜਦੇ ਮੜਾ ਇਹਨੂੰ ਕਰੇ। ਇਹਨੂੰ ਪਾਇਆ ਨਹੀਂ ਸ਼ੋਸ਼ ਅੱਜ ਕਿਤੇ? ਨਾ, ਕੁਛ ਨਹੀਂ ਦਿਖਾਇਆ ਇਹਨੂੰ, ਕੁਛ ਵੀ ਨਹੀਂ ਕੀਤਾ। ਕੋਈ ਇਹ ਨਹੀਂ ਸਮਾਂ ਦੀ ਪਹਿਲਾਂ ਤਿਆਰ ਕਰਤਾ ਸੀਗਾ ਜੀ, ਹੁਣ ਸਾਨੂੰ ਆਏ ਲੱਗਿਆ ਥੋੜਾ ਜਿਹਾ ਇਹਨੂੰ ਫਿੱਕਾ ਕਰ ਗਏ ਵੀ ਹਜੇ ਵੀ ਕੱਦ ਤੇ ਅਸਰ ਨਾ ਪਵੇ ਜੀ, ਹੈ ਵੀ ਥੋੜਾ ਜ਼ਿਆਦਾ ਹੋਈ ਜਾਂਦੀ। ਆ ਸੁਣ ਲਓ ਗੱਲਾਂ, ਸੁਣੀ ਚੱਲਿਓ ਨਾਲ ਦੀ ਨਾਲ, ਨੋਟ ਕਰਿਓ। ਜਿਹੜਾ ਬਾਹਲਾ ਦੁਰਮਟ ਜੇ ਬਣਾ ਦਿੰਦੇ ਆ ਉਹ ਕੱਦ ਤੇ ਅਸਰ ਪਾਉਂਦੇ ਆ, ਹੈ ਨਾ ਬਈ? ਬਈ ਪੂਰਾ ਹੀ ਪਾਉਂਦੇ ਆ। ਜਿਹੜਾ ਬੱਚਾ ਗਰੋਥ ਕਰਦਾ ਉਹਦੀ ਰੀੜ ਦੀ ਹੱਡੀ ਲੁਕਣੀ ਨਹੀਂ ਚਾਹੀਦੀ, ਰੀੜ ਦੀ ਹੱਡੀ ਦਿਖਣੀ ਚਾਹੀਦੀ ਹੈ। ਜਦੋਂ ਖਾਲੀ ਖੂਲੀ ਪੈ ਜਾਂਦੀ ਆ ਸਮਝ ਲਓ ਵੀ ਉਹ ਗਰੋਥ ਤੋਂ ਵੀ ਹਾਈਟ ਤੋਂ ਵੀ ਗਿਆ, ਤੇ ਸਮਝ ਲਓ ਬੰਦਾ ਹੀ ਬਾਤ ਆ ਉਹਦੇ ਉੱਤੇ, ਹੈ ਨਾ? ਇਹ ਆ ਦੇਖ ਲਓ ਬਈ, ਆ ਰੀੜ ਦੀ ਹੱਡੀ ਦਿਖ ਰਹੀ ਆ। ਅੰਨਾ ਇਹਦਾ ਦੇਖੋ ਬਿਲਕੁਲ ਭਾਰੀ ਨਹੀਂ ਹੋਇਆ। ਇਹਦਾ ਮਤਲਬ ਜਿਹੜੀ ਮੇਰੇ ਕੋਲ ਬਛੇਰੀ ਆ ਫਿਰ ਬਈ ਉਹਨੂੰ ਹਜੇ ਮੈਂ ਭਾਰੀ ਨਾ ਕਰਾਂ? ਜਿੰਨਾ ਚਿਰ ਬਈ 3.5 ਸਾਲ 4 ਸਾਲ ਦਾ ਨਹੀਂ ਹੁੰਦਾ ਜਾਨਵਰ, ਉਹ ਤੋਂ ਬਾਅਦ ਬਈ ਉਹਨੂੰ ਭਾਰਾ ਕਰੋ। ਅਸਲ ਤਾਂ ਭਾਰਾ ਕਰੋ ਹੀ ਨਾ ਜੇ ਘੋੜੇ ਦੀ ਤੁਸੀਂ ਉਮਰ ਚਾਹੁੰਦੇ ਆ, ਪਰ ਘੋੜੇ ਨੂੰ ਭਾਰਾ ਨਾ ਕਰੋ, ਘੋੜੇ ਨੂੰ ਫਿੱਟ ਰੱਖੋ ਵੀ ਉਹਦੇ ਫੈਟ ਓਵਰ ਫੈਟ ਨਾ ਕਰੋ ਜੇ ਘੋੜੇ ਦੀ ਉਮਰ ਲੰਬੀ ਕਰਨੀ ਹੈ। ਤੇ ਜੇ ਆਪਾਂ ਥੋੜ੍ਹੇ ਟਾਈਮ 'ਚ ਮਸ਼ਹੂਰ ਕਰਕੇ ਥੋੜ੍ਹੇ ਟਾਈਮ 'ਚ ਖਤਮ ਕਰਨਾ ਫਿਰ ਕੁਛ ਮਰਜ਼ੀ ਕਰੀ ਚੱਲੋ। ਵੀ ਮਤਲਬ ਸੋਹਣਿਆ ਸੱਜਣਾ ਕਹਿਣ ਤੋਂ ਭਾਵ ਇਹ ਹੀ ਆ ਵੀ ਫਿਟਨੈਸ, ਘੋੜੇ ਲਈ ਫਿਟਨੈਸ ਬਹੁਤ ਜ਼ਰੂਰੀ ਬਈ। ਇਹ ਘੋੜਾ ਹੀ ਆਪਾਂ ਮੰਨ ਲਓ ਕਰਤਾ ਗਿੱਦੜ ਜਿਹਾ, ਨਾ ਤਾਂ ਘੋੜੇ ਦੀ ਗੱਲ ਰਹਿਣੀ ਹੈ। ਲੈ ਮੰਨ ਲਓ ਸਿੱਖੀ ਚੱਲਿਓ, ਅੱਜ ਆਪਾਂ ਇਹਨਾਂ ਤੋਂ ਕੁਛ ਨਾ ਕੁਛ ਲੈ ਕੇ ਜਾਣਾ, ਕੁਛ ਨਾ ਕੁਛ ਲੈ ਡਿੱਗਾਂਗੇ ਆਪਾਂ। ਜੇ ਕੁਛ ਸਿੱਖ ਕੇ, ਮੈਂ ਵੀ ਕੁਛ ਸਿੱਖ ਕੇ ਮੁੜੂੰਗਾ, ਸਿੱਖ ਕੇ ਮੁੜਿਓ। ਅੱਜ 10-20 ਮਿੰਟ ਦੀ ਵੀਡੀਓ ਆ, ਸਿਰੇ ਤੱਕ ਦੇਖੀ ਜਾਇਓ ਸਿਰੇ ਤੱਕ। ਲੈ ਇੱਕ ਬਾਈ ਘੋੜਾ ਇਹਨਾਂ ਕੋਲੇ, ਆਹ ਤੀਜੇ ਘੋੜੇ ਕੋਲੇ ਆਪਾਂ ਆ ਗਏ ਹਾਂ। ਇਹ ਕਪਤਾਨ ਹੈ, ਇਹਦਾ ਨਾਂ ਹੈਗਾ ਕਪਤਾਨ, ਕਪਤਾਨ ਦਲਸ਼ੇਰ ਕਾਕੀ ਦਾ ਭਰਾ ਜੀ। ਇਹ ਦਲਸ਼ੇਰ ਕਾਕੀ ਦਾ, ਇਹ ਅਰਜਨ ਦਾ ਬੱਚਾ? ਹਾਂ ਅਰਜਨ ਦਾ ਬੱਚਾ। ਯਾਰ ਅਰਜਨ ਨੇ ਵੀ ਲੋੜੇ ਹੀ ਲਿਆ ਤੇ ਯਾਰ ਬੱਚੇ ਬਾਈ, ਜਿਵੇਂ ਘੋੜਾ ਉਹ ਹਾਈਟ ਦਾ ਮੀਡੀਅਮ ਹੀ ਸੀਗਾ ਜੀ, ਵੀ ਜੇ ਵੱਡੇ ਘੋੜੇ ਦੀ ਗੱਲ ਕਰਕੇ ਜਿਹੜਾ ਉਹਦੇ ਨਾਲ ਖੜਾ ਸੀ ਜੀ, ਪਰ ਜਿੱਥੇ ਸੂ ਪਿਆ ਬਸ ਬਾਬੇ ਦੀ ਉਹਤੇ ਐਸੀ ਕਿਰਪਾ ਸੀ, ਉਹਨੇ ਸਾਹ ਨਹੀਂ ਜੰਮਿਆ ਯਾਰ ਮੇਰੀ ਨਿਗਾਹ 'ਚ 4-5 ਆ। ਹਾਂ ਹਾਂ, ਦਲਸ਼ੇਰ ਕਾਕੀ ਹੋ ਗਿਆ, ਇੱਕ ਆਹ ਆ ਗਿਆ, ਇੱਕ ਲਵੰਦ ਹੋ ਗਿਆ ਮਲੂਕੇ ਆ, ਕਾਫੀ ਕਾਫੀ ਹੈ ਨਾ, ਕਿੰਨੇ ਘੋੜੇ ਹੋ ਗਏ ਯਾਰ, ਹੈ ਨਾ? ਇਹ ਬਈ
ਘੋੜਿਆਂ ਦੀ ਨਾ ਕੁਦਰਤੀ ਘੋੜਿਆਂ 'ਤੇ ਦੇਣ ਹੁੰਦੀ ਹੈ, ਕਈ ਘੋੜਿਆਂ ਦੀਆਂ ਘੋੜੀਆਂ ਜ਼ਿਆਦਾ ਬਣਦੀਆਂ, ਕਈ ਘੋੜਿਆਂ ਦੇ ਘੋੜੇ ਜ਼ਿਆਦਾ ਬਣਦੇ। ਬਾਈ ਬਿੰਦਰ ਇਹਦੀ ਤਾਂ ਛੱਡਦੇ ਹੋਵੋਗੇ ਇਹਨੂੰ? ਹਾਂ 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 ਬੱਚਾ, ਇਸ ਬਲੱਡ ਦੀ ਯਾਰ ਮਿੰਟੂ ਵਾਲੇ ਜਿਹੜਾ ਦੂਜਾ ਸੂਰਜ ਵਾਲੇ ਬਲੱਡ ਨਾਲ ਬੜਾ ਤਕੜਾ ਕੰਬੀਨੇਸ਼ਨ ਆ, ਹੈ ਨਾ? ਨਹੀਂ ਬਹੁਤ ਬਾਈ ਬਰੀਡ, ਬੱਚੇ ਬਹੁਤ ਸੋਹਣੇ ਬਰੀਡ ਕੀਤੇ ਇਹ ਘੋੜੇ ਨੇ ਕਪਤਾਨ ਨੇ ਜੀ, ਇਹਦੇ ਬੱਚੇ ਬਹੁਤ ਚੰਗੇ ਆ ਰਹੇ, ਬਹੁਤ ਜ਼ਿਆਦਾ ਚੰਗੇ। ਲੁਧਿਆਣੇ ਸ਼ੋਅ ਚ ਹਾਵੀ ਰਿਹਾ, ਸਾਰੇ ਸ਼ੋਆਂ ਚ ਹੀ ਬਈ ਇਹ ਬਲੱਡ ਹੀ ਰਿਹਾ, ਸਾਰੇ ਸ਼ੋਆਂ ਚ ਹੀ, ਹਨਾ? ਸਾਰੇ ਸ਼ੋਆਂ ਚ ਇਹ ਬਲੱਡ ਆ ਜਿਹੜਾ ਸਭ ਤੋਂ ਜ਼ਿਆਦਾ ਹਾਵੀ ਰਿਹਾ। ਹਾਂ ਸਹੀ ਹੈ, ਬਿਲਕੁਲ। ਬਿਊਟੀ ਵਾਲੇ ਮਸਲੇ ਚ, ਗੁਲਾਬੀ ਪਾਉਣ ਵਾਲੇ ਮਸਲੇ ਚ ਬਈ ਨਖਰਾ ਬਹੁਤ ਆ, ਨਖਰਾ ਦਿਖਾਉਣਾ ਆਉਂਦਾ ਘੋੜੇ ਨੂੰ, ਘੋੜੇ ਬਹੁਤ ਵੱਡੇ ਆ, ਕਈ ਘੋੜਿਆਂ ਨੂੰ ਪ੍ਰੂਫ ਨਹੀਂ ਕਰਨਾ ਆਉਂਦਾ, ਮੈਂ ਕੀ ਹੈ, ਮੈਂ ਕੀ, ਇਹ ਆਪ ਤੋਂ ਵੱਧ ਕੇ ਪ੍ਰੂਫ ਕਰ ਦਿੰਦੇ ਆ, ਪ੍ਰੂਫ ਕਰਦੇ ਆ ਜਿਹੜਾ, ਇਹੀ ਇਹਨਾਂ ਦੀ ਖੂਬੀ ਆ ਜਿਹੜਾ ਸ਼ੋਆਂ ਜਿੱਤਦੇ ਆ, ਸ਼ੋਅ ਜਿੱਤਦੇ ਆ। ਔਰ ਸ਼ੋਅ ਤੇ ਹੁਣ ਦਿਖਾਉਣਾ, ਸ਼ੋਅ ਦਾ ਮਤਲਬ ਵੀ ਸ਼ੋਅ ਕਰਨਾ, ਸ਼ੋਅ ਕਰਨਾ, ਸ਼ੋਅ ਕਰਨਾ, ਇਹ ਕਰ, ਇਹਨਾਂ ਨੂੰ ਖਿੱਚ ਕੇ ਰੱਖਣਾ ਪੈਂਦਾ, ਇਦੂ ਵੱਧ ਨਹੀਂ ਕਰਨਾ, ਰੇਸ ਘਟਾਉਣੀ ਪੈਂਦੀ ਇਹਨਾਂ ਦੀ, ਪੂਰਾ ਰੇਸ ਤੇ ਪੈਰ ਰੱਖਣਾ। ਰੁਕੇ ਰੁਕੇ ਰੇ, ਹੋ ਤੁਹਾਨੂੰ ਬਹੁਤ ਕਮਾਲ ਕਮਾਲ ਦੇ ਜਾਨਵਰ ਦਿਖਾਊਂਗਾ, ਹਜੇ ਸਿਰਫ ਤਿੰਨ ਦਿਖਾਏ ਆ, ਹਜੇ ਸਿਰਫ ਤਿੰਨ ਦਿਖਾਇਆ। ਤੇ ਇਹਦੀ ਕਪਤਾਨ ਦੀ, ਇਹਦੀ ਬਈ 11 ਯਾਰ, ਤੇ ਦੂਜੇ ਨੂੰ ਆਪਾਂ ਛੱਡਦੇ ਨਹੀਂ, ਉਹ ਆਪਾਂ ਕਹਿ ਦਈਏ ਸਰਦਾਰ, ਸਰਦਾਰ ਜੀ ਨੂੰ ਆਪਾਂ ਕ੍ਰੋਸਿੰਗ ਤੇ ਨਹੀਂ ਛੱਡਦੇ, ਸਰਦਾਰ ਨੂੰ ਆਪਾਂ ਕ੍ਰੋਸਿੰਗ ਤੇ ਛੱਡਦੇ ਨਹੀਂ ਗੇ, ਠੀਕ ਆ। ਤੇ ਬਈ ਵਪਾਰ ਚੱਲਦਾ? ਹਾਂ ਅੰਤਰ ਚੱਲਦਾ, ਵਪਾਰ ਚੱਲਦਾ, ਘੋੜੀਆਂ ਘਾੜੀਆਂ ਵੇਚਦੇ ਰਹਿੰਦੇ ਆ, ਘੋੜੀਆਂ ਵੇਚਦੇ ਰਹਿੰਦੇ ਆ, ਖਰੀਦਦੇ ਰਹਿੰਦੇ ਆ ਜੀ, ਪਰ ਲਿਮਟ 'ਚ ਜੀ, ਵੀ ਜੇ ਕੋਈ ਜ਼ਿਆਦਾ ਹੀ ਜਾਨਵਰ ਆਪਾਂ ਨੂੰ ਜ਼ਿਆਦਾ ਚੰਗਾ ਲੱਗਦਾ ਉਹ ਨਹੀਂ, ਇਹ ਨਹੀਂ ਵੀ ਅੱਜ ਘੋੜੀ ਲੈ ਲਈ ਕੱਲ੍ਹ ਨੂੰ 10,000 ਨਫੇ ਨਾਲ ਵੇਚਤੀ ਵੀ ਆ ਗਈ ਉੱਠ ਗਈ, ਉਹ ਨਹੀਂ, ਵੀ ਜ਼ਿਆਦਾ ਚੰਗੀ ਲੱਗੇ ਉਹਨੂੰ ਪਾਲ ਕੇ ਵੇਚਦੇ ਆ, ਖੁੱਬ ਗਈ ਜਿਹੜੀ ਦਿਲ 'ਚ, ਹਾਂ ਬਛੇਰਾ ਕੋਈ ਚੰਗਾ ਮਿਲ ਗਿਆ ਉਹਨੂੰ ਪਾਲ ਕੇ। ਇੱਕ ਆ ਇਹ ਨੂਰ ਖਵਾਰ ਦਾ ਬੱਚਾ, ਇਹ ਲਿਟ ਲਿਆ, ਲਿਟ ਲਿਆ, ਇਹ ਹੈਗਾ ਨੂਰ ਖਵਾਬ ਦਾ, ਇਹਦੇ ਪੈਰ ਪੂਰ ਬਾਹਲੇ ਵੱਡੇ ਲੱਗੇ ਆ ਬਾਈ ਇਹਦੇ, ਇਹ ਬਾਈ ਸਰਬਜੋਤ ਆਲੀ ਦੇ ਘਰੇ ਬਰੀਡ ਹੋਇਆ, ਇਹਦੀ ਮਾਂ ਤੇ ਪਿਓ 6-6 ਵਾਰੀ ਚੈਂਪੀਅਨ ਹੋਏ ਆ। ਅੱਛਾ, ਦੋਨੇ ਖਾਨਦਾਨ ਚੈਂਪੀਅਨ ਹੀ ਆ, ਮਾਂ ਤੇ ਪਿਓ ਇਹਦਾ 6-6 ਵਾਰੀ ਚੈਂਪੀਅਨ ਰਹੇ। ਇੱਕ ਤੀ ਕਹਿੰਦੇ ਉਹੀ ਮਤਲਬ ਦੋ ਚਿੱਤੀ ਜੀ ਚ ਇਹਨੂੰ ਸੋਚ ਪਾਤਾ, ਇਹ ਬਾਈ ਦੋ ਦੰਦ ਆ ਵਿਸ਼ੇਰਾ ਜੀ, ਉਹਦੇ ਮੰਨ ਲਓ ਹੀ ਲਗਾਮ ਪਾਉਣ ਲੱਗ ਗਏ, ਮੰਨ ਲਓ ਇਹਦੀ ਇੱਕ ਟੋਪੀ ਜੀ ਲੈ ਗਈ, ਹਜੇ ਹੁੰਦਾ ਤਾਂ ਨਹੀਂ ਸੀਗਾ ਉਮਰ ਦੇ ਹਿਸਾਬ ਨਾਲ, ਪਰ ਇਹਨੂੰ ਹੀ ਵੱਡੇ ਘੋੜਿਆਂ 'ਚ ਪਾਤਾ, ਫਿਰ ਵੀ ਇਹਨੇ ਪੋਜੀਸ਼ਨ ਹਾਜ਼ਰ ਕਰ ਲਈ ਉਹ 'ਚੋਂ। ਹਾਂ ਉਹ ਉੱਥੇ ਵੀ ਪਾਉਣਾ ਦੋ ਦੰਦ ਸੀ, ਹਾਂ, ਅਤੇ ਪਾਉਣਾ ਪੈ ਗਿਆ ਚਾਰ ਦੰਦ 'ਚ, ਹਾਲਾਂਕਿ ਇਹ ਮੰਨ ਲਓ 3 ਸਾਲ ਉਮਰ ਹੈ, 3 ਸਾਲ ਦੇ ਦੀ 10 ਸਾਲ ਦੇ ਘੋੜੇ ਨਾਲ ਕੋਈ ਮੁਕਾਬਲਾ ਤਾਂ ਹੁੰਦਾ ਨਹੀਂ, ਪਰ ਇਹਨੇ ਫਿਰ ਵੀ ਨੌ ਪਸਾ ਕੇ ਆਪਦਾ ਨੰਬਰ ਲੈ ਲਿਆ। ਹਾਂ ਵੈਸੇ ਬਾਈ ਮਜ਼ਬੂਤੀ ਮਜਾਤੀ ਮਾਰੀ, ਸਿਆਣਾ ਬਹੁਤ ਆ ਜੀ, ਨਿੱਕਾ ਬੱਚਾ ਇਹਨੂੰ ਖੋਲੀ ਫਿਰੇ ਜੀ, ਜੀ ਇੰਨਾ ਸਿਆਣਾ ਵੀ ਗੱਲਾਂ ਹੀ ਛੱਡ, ਨਹੀਂ ਫਿਰ ਤੇ ਇਹ ਤਾਂ ਚਾਰ ਦੰਦ ਹੋ ਗਿਆ, ਇਹਦੀ ਸਰਵਿਸ ਤਾਂ ਦੇ ਦੇਵਾਂਗੇ, ਹਾਂ ਇਹਦੀ ਸਰਵਿਸ ਰਾਜ ਸ਼ੁਰੂ ਕਰਤਾ ਜੀ, ਰਾਜ ਇਹਦਾ ਨਾਂ ਰਾਜ ਹੈ ਜੀ, ਇਹਦੀ ਸਰਵਿਸ ਚੱਲੀ, ਇਹਦੀ ਸਰਵਿਸ ਚੱਲੀ ਆ, ਚਾਲੂ ਆ, ਇਹ ਦੋਨੇ ਪਾਸਿਆਂ ਤੋਂ ਚੈਂਪੀਅਨ ਖਾਨਦਾਨ ਦਾ ਹੀ ਆ, ਦੋਨੇ ਪਾਸੇ ਤੋਂ ਚੈਂਪੀਅਨ ਹੀ ਆ, ਆਪ ਵੀ ਲਗਾਤਾਰ ਦੋ ਵਾਰੀ ਹੋ ਗਿਆ ਜੀ, ਦੋ ਦੁੱਧਾਂ ਚ ਵੀ ਆਇਆ ਨੰਬਰ, ਪਹਿਲਾਂ ਦੁੱਧਾਂ ਚ ਵਿਨਰ ਬਣਿਆ ਜੀ। ਪਹਿਲਾਂ ਘੱਟ ਲੈਂਦੇ ਸੀਗੇ ਜੀ, ਫਿਰ ਪਤਾ ਕੀ ਆ, ਜਿਹੜੇ ਮੰਨ ਲਓ ਵੀ ਆਪ ਨੂੰ ਐਂ ਮਹਿਸੂਸ ਹੁੰਦਾ ਵੀ ਜਿਹੜੇ ਆਪਣੇ ਘੋੜੇ ਤੋਂ ਘੱਟ ਕੁਆਲਿਟੀ ਦੇ ਘੋੜੇ ਜਦੋਂ ਨੰਬਰ 'ਚ ਆਉਂਦੇ ਆ, ਤੇ ਫਿਰ ਉਹ ਬੰਦਾ ਪਤਾ ਕੀ ਸੋਚਦਾ, ਐਂ ਤਾਂ ਸੋਚਦਾ ਨਹੀਂ ਵੀ ਆਹ ਘੋੜਾ ਆਪਾਂ ਤੋਂ ਚੰਗਾ, ਵੀ ਉਹ ਸੋਚ ਨਹੀਂ ਆਇਆ ਕਰਕੇ ਆਪਣਾ ਨੰਬਰ ਆਇਆ, ਫਿਰ ਉਹ ਨਾ ਬਈ ਥੋੜਾ ਜਿਹਾ ਮਹਿਸੂਸ ਜਿਹਾ ਹੁੰਦਾ ਵੀ ਆਪਾਂ ਜਿੱਤੇ ਵੇ ਘਰੇ ਬੈਠੇ ਹੀ ਹਰੀ ਜਾਂਦੇ ਆ। ਆ ਗਿਆ ਆ ਗਿਆ, ਆਹ ਲੈ ਬਈ, ਆਹ ਦਿਖਾਉਣ ਵਾਲਾ, ਇਹਨੂੰ ਬਾਹਰ ਕੱਢਾਂਗੇ ਵੀਰੇ, ਇਹਨੂੰ ਆਏ ਨਾ ਕਰੋ, ਆਏ ਨਹੀਂ ਦਿਖਾਇਆ ਜਾਣਾ, ਇਹਨੂੰ ਨਾ ਘੋੜੀ ਨੂੰ ਬਾਹਰ ਕੱਢਾਂਗੇ, ਬੱਚਾ ਚੰਗੀ ਤਰ੍ਹਾਂ ਦਿਖਾਵਾਂ, ਬੱਚਾ ਨਾ ਚੰਗੀ ਤਰ੍ਹਾਂ ਦਿਖਾਉਣ ਵਾਲਾ, ਸੋਹਣਾ ਵਾਲਾ। ਹਾਂ ਇਹ ਮੈਂ ਘੋੜੀ ਪ੍ਰਿੰਸ ਦੀ ਹੈ, ਨਹੀਂ ਇਹ ਪ੍ਰਿੰਸ ਆਲੇ ਦੀ ਮਾਂ ਪ੍ਰਿੰਸ ਦੀ ਹੈ, ਮਾਂ ਪ੍ਰਿੰਸ ਦੀ ਹੈ ਤੇ ਮਾਂ ਦੀ ਮਾਂ ਰਾਜੂ ਦੀ ਹੈ। ਇੱਕ ਆਹ ਬਛੇਰੀ ਹੈ ਵੀ ਬਾਹਰ ਕੱਢ ਕੇ ਦਿਖਾਵਾਂਗੇ, ਇਹ ਬਾਹਰ ਕੱਢ ਕੇ ਦਿਖਾਓ, ਤਿਆਰ ਕਰ ਦੇਣਗੇ ਦੋਨੇ, ਇਹ ਮਾੜਾ ਜਿਹਾ ਮਾਰ ਦਿਓ, ਆ ਜਾਓ ਆਪਾਂ ਘੋੜੇ ਦਿਖਾ ਦਈਏ ਪਹਿਲਾਂ। ਇੱਕ ਇੱਕ ਗੱਲ ਮੈਨੂੰ ਹੋਰ ਦੱਸ ਬਿੰਦਰ ਬਾਈ, ਹਾਂ ਬਈ, ਜਿਵੇਂ ਘਰੇ ਘੋੜੇ 8 ਸਾਨ ਆ, 8 ਸਾਨ ਘੋੜਿਆਂ ਨੂੰ ਕੰਟਰੋਲ ਕਰਨਾ ਬਹੁਤ ਔਖਾ, ਇੱਕ ਦੂਜੇ ਦੇ ਲਾਗ ਡਾਟ ਬਹੁਤ ਹੁੰਦੀ ਹੈ, ਮੈਂ ਤਾਂ ਮੇਰੇ ਜਿੰਨਾ ਮੇਰਾ ਐਕਸਪੀਰੀਅੰਸ ਰਿਹਾ ਉਹ ਇਹੀ ਰਿਹਾ ਵੀ ਕਹਿੰਦੇ ਜਦੋਂ ਇੱਕ ਘਰੇ 2 ਸਾਨ ਹੋ ਜਾਂਦੇ ਮੁੜ ਕੇ ਰਾਜੀ ਨਹੀਂ ਹੁੰਦੇ। ਨਹੀਂ ਬਈ ਗੱਲ ਤਾਂ ਤੁਹਾਡੀ 100% ਸਹੀ ਹੈ, ਪਰ ਉਹਨਾਂ ਸੀ ਜ਼ਿਆਦਾਤਰ ਉਦੋਂ ਕਰਦੇ ਇਹ ਐਂ ਜਦੋਂ ਆਪਾਂ ਇਹਨੂੰ ਬਾਹਰ ਨਹੀਂ ਕੱਢਦੇ, ਪਰ ਨਹੀਂ
ਇਹ ਤਕਰੀਬਨ ਨਹੀਂ ਕਰਦਾ ਆਪਣਾ ਘੋੜਾ ਕੋਈ ਵੀ, ਜੈਲਸੀ ਕੋਈ ਨਹੀਂ ਕਰਦਾ, ਜੈਲਸੀ ਕੋਈ ਨਹੀਂ ਕਰਦਾ, ਕੋਈ ਨਹੀਂ ਕਰਦਾ, ਇਹ ਉਵੇਂ ਵੀ ਨਹੀਂ ਕਰ ਰਹੇ, ਬਾਲਾ ਹਣਕ ਹਣਕਾਲਾ ਕੋਈ ਉਹੋ ਜਿਹੀ ਗੱਲ ਨਹੀਂ ਕਰ ਰਹੇ, ਨਹੀਂ ਕਰਦੇ, ਜਿਵੇਂ ਰੋਹ ਜਾ ਮਾਰੀ ਜਾਂਦੇ ਦਬਕੇ ਜੇ, ਦਬਕੇ ਜੇ ਨਹੀਂ ਮਾਰਦੇ, ਪਿੱਛੇ ਕਰਦੇ ਮਾਰਦੇ, ਤਕਰੀਬਨ ਤਕਰੀਬਨ ਸਾਰੇ ਸੰਤੁਸ਼ਟ ਜੇ ਆ ਇਸ ਗੱਲੋਂ। ਇਹ ਬਈ ਆਪਣਾ ਫਰੀਦਕੋਟ ਦਾ ਚੈਂਪੀਅਨ ਹੈ ਇਹ, ਇਸ ਵਾਰ ਚੈਂਪੀਅਨ, ਇਸ ਵਾਰ ਮਹਾਰਾਣੀ ਨੂੰ ਨਹੀਂ ਲੈ ਕੇ ਗਏ, ਪਿਛਲੀ ਵਾਰ ਵੀ ਸੀਗਾ ਜੀ, ਪਿਛਲੀ ਵਾਰ ਵੇਖ ਦੁੱਧ ਦੰਦ 'ਚ ਫਸਟ ਸੀਗਾ ਜੀ, ਐਤਕੀ ਦੋ ਦੰਦ 'ਚ ਫਸਟ, ਅਤੇ ਉਹ ਤੋਂ ਬਾਅਦ ਚੈਂਪੀਅਨਸ਼ਿਪ ਦੇ ਵਿੱਚ ਇਹਨੇ ਮੋਟਰਸਾਈਕਲ ਜਿੱਤੇ। ਇਹ ਮੁੜ ਕੇ ਜਿਹੜਾ ਸਾਰੇ ਨੁਕਰਿਆਂ ਦਾ ਚੈਂਪੀਅਨ ਵੀ ਬਣਿਆ, ਇਹ ਸਾਰੇ ਨੁਕਰਿਆਂ ਦਾ ਬਈ ਚੈਂਪੀਅਨ ਬਣਿਆ, ਛੋਟਿਆ ਚੋਂ ਸਾਰਿਆਂ ਚੋਂ ਇਹ ਚੈਂਪੀਅਨ ਬਣਿਆ। ਹਾਂ ਬਈ, ਇਹ ਤਾਂ ਯਾਰ ਕੰਨ ਬੜਾ ਸੋਹਣਾ ਹੈ, ਇਹਦੀ ਗਰਦਨ ਆ ਕੰਨ ਬਈ ਜ਼ਿਆਦਾ ਮਾਰਵਾੜੀ ਆ, ਦੇਖ ਇਹਦੇ ਇਹਦੇ ਇਹਦੀ ਜਿਹੜੀ ਗਰਦਨ ਆ ਹਨਾ ਉਹੋ ਐਵੇਂ ਆ, ਮਤਲਬ ਜੇ ਆਪਾਂ ਇਹਦਾ ਰੰਗ ਕਾਲਾ ਹੁੰਦਾ ਤਾਂ ਇਹ ਮਾਰਵਾੜੀ ਜੀ, ਜੇ ਤੁਸੀਂ ਬਈ ਜਿਹੜਾ ਚੈਂਪੀਅਨ ਆ ਨਾ, ਜਦੋਂ ਹੁਣ ਮੰਨ ਲਓ ਸਾਰੇ ਜਾਨਵਰ ਆ, ਮੰਨ ਲਓ ਇੱਕ ਕੈਟਾਗਰੀ ਦੇ ਵਿੱਚ 30 ਜਾਨਵਰ ਆਉਂਦੇ ਆ, ਸਾਰੇ ਜਾਨਵਰ ਮੰਨ ਲਓ ਵੀ 300 ਜਾਨਵਰ ਹੋ ਗਿਆ ਸਾਰੇ ਨੁਕਰਿਆਂ ਦੇ ਵਿੱਚੋਂ, ਹੁਣ 300 ਜਾਨਵਰ ਪਹਿਲਾਂ ਤਾਂ ਉਹ ਆਇਆ ਜਿਹੜਾ ਆਪਦੇ ਏਰੀਏ 'ਚੋਂ ਚੰਗਾ, ਆਪਦੀ ਸਟੇਟ 'ਚੋਂ ਚੰਗਾ, ਫਿਰ ਜਿਹੜਾ ਉਹ ਸਾਰੀਆਂ ਸਟੇਟਾਂ ਨੂੰ ਜਿੱਤਣ ਵਾਲੀ ਗੱਲ ਹੋ ਗਈ, ਫਿਰ ਉਹਦੇ ਵਿੱਚ ਆਲ ਓਵਰ ਇਹਨੂੰ ਦੇਖਿਆ ਗਿਆ, ਆਲ ਓਵਰ ਇਹਦੇ ਨੰਬਰ ਪੂਰੇ ਆ, ਛਾਤੀ ਪੈਰ ਤੇ ਪਿੱਠ ਕੰਨ ਗਰਦਨ ਮੂੰਹ ਆਲ ਓਵਰ, ਇਹ ਪੈਰ ਪੈਰ ਬਹੁਤ ਜ਼ਿਆਦਾ ਵੀ ਸਾਰੇ ਪਾਸੇ ਤੋਂ ਕਿਸੇ ਪਾਸੋਂ ਖਿੰਜ ਖੁੰਝਦਾ ਨਹੀਂ, ਫਿਰ ਖੜਨੀ ਖੁੜਨੀ, ਹਾਂ ਹਾਂ ਹੈਨਾ, ਫਿਰ ਸਿਆਣਪ। ਦੇਖੀ ਪ੍ਰੀਤ ਮਾੜਾ ਕੰਨਾਂ 'ਤੇ ਮਾਰੀ ਪੁੱਤਰ, ਬਦਮਾਸ਼ੀ ਬਦਮਾਸ਼ੀ ਕਰਦਾ ਓਏ, ਮੈਂ ਤੈਨੂੰ ਕਹਿੰਦਾ ਉਧਰ ਘੋੜੀ ਅੜਕ ਵੀ ਆ, ਬਸ ਇਹ ਇਹ ਕਿਹਦਾ ਬਾਈ ਯਾਰ, ਆਪਾਂ ਕਿਹਦਾ ਨਹੀਂ ਪੁੱਛਿਆ, ਇਹ ਸਾਲੀ ਵਾਲੀ ਲੈਣ ਦਾ ਘੋੜਾ ਬਾਈ ਜੀ, ਇਹ ਜੀ ਬਾਈ ਨਹੀਂ ਨਹੀਂ ਕੁਛ ਨਹੀਂ ਕਹਿੰਦਾ, ਜਦੋਂ ਬਾਈ ਰਿੰਪਲ ਕੋਲ ਘੋੜਾ ਆਉਂਦਾ ਸੀ ਨਾ, ਉਦੋਂ ਇੱਥੇ ਸਾਡੇ ਸੁਖਾਨੰਦ ਇੱਕ ਵਛੇਰਾ ਜੰਮਿਆ ਸੀ ਜੀ, ਉਹ ਵਿਚਾਰਾ ਉਹ ਤਾਂ ਪੂਰਾ ਹੋ ਗਿਆ, ਉਹਦਾ ਗਾਂ ਇੱਕ ਬੱਚਾ ਹੈ ਬਾਲਾ, ਮਸ਼ਹੂਰ ਨਹੀਂ ਹੋਇਆ ਮਹਿਲਾਂ ਜੀ, ਉਸ ਘੋੜੇ ਦਾ ਬੱਚਾ ਹੈ। ਅੱਛਾ, ਉਸ ਘੋੜੇ ਦਾ ਬੱਚਾ ਬਾਈ, ਤੇ ਯਾਰ ਮਾਂ ਦੇ ਪੁੱਤ ਨੇ ਉਹਨੇ ਤਾਂ ਕਮਾਲ ਹੀ ਕਰਤੀ ਪੈਦਾ ਕਰਨ ਵਾਲੀ, ਐਂ ਕਿਵੇਂ ਯਾਰ ਤੁਸੀਂ ਸੰਗ ਸੰਗ ਲੈਂਦੇ ਆ ਵੀ ਇਹੋ ਜਿਹਾ ਬਣਨ ਵਾਲਾ ਫਲਾਣੇ ਥਾਂ ਖੜਾ, ਕੁਦਰਤ ਕਰਦੀ ਹੈ ਬਈ, ਬੰਦਾ ਸਮੈਲ ਸਮੁੱਲ ਤੁਹਾਨੂੰ ਕਿਵੇਂ ਆ ਜਾਂਦੀ, ਬੰਦਾ ਤਾਂ ਬਈ ਗੱਲ ਸੁਣੋ, ਚਲੋ ਜਿੰਨਾ ਕੁ ਮਾੜਾ ਮੋਟਾ 19 ਕੁ ਮਾਲਕ ਨੇ ਅਕਲ ਬਖਸ਼ੀ ਹੈ, ਪਰ ਕਰਦੀ ਕੁਦਰਤੀ ਹੈ, ਬੰਦਾ ਤਾਂ ਕਰ ਖੋਏ ਤੋਂ ਬਾਅਦ ਸਿਆਣਾ ਹੋ ਜਾਂਦਾ, ਕਰਦੀ ਕੁਦਰਤੀ ਹੈ, ਜਦੋਂ ਕੁਛ ਦੇਣਾ ਐਂ ਤਾਂ ਬਥੇਰਾ ਕੁਛ ਹੈ ਜਾਂ ਲੰਘਿਆ ਵੀ ਹੱਥਾਂ 'ਚੋਂ, ਅਤੇ ਨਹੀਂ ਉਮਰ ਤੁਹਾਡੀ ਯਾਰ ਮੇ ਆਪਾਂ ਹਾਣੀ ਆ, ਹਾਣੀ ਜੇ ਹੋਵਾਂਗੇ ਆਪਾਂ, ਮੈਂ ਪੂਰਾ ਵੱਡਾ ਭਾਵੇਂ ਹੋਵਾਂ ਤੇਰੇ ਤੋਂ ਛੋਟਾ, ਤਾਂ ਸਾਡੀ ਉਮਰ ਤਾਂ ਬਾਹਲੀ ਹੋਣੀ, ਹਾਂ ਅਤੇ ਉਸ ਹਿਸਾਬ ਨਾਲ ਵੀ ਤੁਸੀਂ ਆਪਦੀ ਉਮਰ 'ਚ ਬਹੁਤ ਮਾਲਕ ਦੀ ਕਿਰਪਾ ਨਾਲ ਯਾਰ ਬਹੁਤ ਸੈੱਟ ਹੋ ਗਏ, ਪਰਮਾਤਮਾ ਨੇ ਘੋੜਿਆਂ ਵਾਲੀ ਦੁਨੀਆ 'ਚ ਕੋਈ ਸਾਡੇ ਬਜ਼ੁਰਗਾਂ ਦੀ ਕਮਾਈ ਸੀਗੀ, ਸਾਡੇ ਦਾਦਾ ਜੀ ਮੇਜਰ ਸਿੰਘ ਸੰਧੂ, ਸਾਡੇ ਮੇਰੇ ਪਾਪਾ ਸੀਗਾ ਬਸੰਤ ਸੰਧੂ, ਤਾਇਆ ਜੀ ਰੂਪ ਸਿੰਘ ਸੰਧੂ, ਉਹ ਵੀ ਮੰਨ ਲਓ ਉਹਨਾਂ ਨੇ ਵੀ ਖੇਤੀ ਕੀਤੀ ਆ ਬਾਈ, ਕਿਸੇ ਦਾ ਮਾੜਾ ਨਹੀਂ ਕੀਤਾ, ਬਹੁਤ ਵਧੀਆ ਇਨਸਾਨ ਸੀਗੇ, ਉਹਨਾਂ ਦੀ ਉਮਰ ਤੋਂ ਪਹਿਲਾਂ ਹੀ ਡੈਥ ਹੋ ਗਈ ਤਿੰਨਾਂ ਕੋਈ, ਉਹਨਾਂ ਦੀ ਕਮਾਈ ਮੰਨ ਲਓ ਅਤੇ ਉਹਨਾਂ ਦੀ ਭਗਤੀ ਭਗਤੀ ਲਾ ਲਓ ਵੀ ਜਿਹੜਾ ਸਾਨੂੰ ਇਹ ਮਿਲਣਾ ਸੀ, ਕਿੱਥੇ ਖੜੇ ਦੂਜੇ ਦੋ, ਇੱਧਰ ਹੀ ਦੂਜੇ ਦੋ, ਇੱਧਰ ਕਿੱਥੇ ਖੜਾ ਫੱਕਰ ਰੂ, ਜਮਾਂ ਹੀ ਇਹ ਜਮਾਂ ਹੀ ਦੇਵਤਾ ਬੰਦਾ ਓਏ ਨਿਰਮਲਾ ਹੈਨਾ, ਉਧਰੋਂ ਨਾ ਇੱਕ ਤਾਂ ਮੋਟਰਸਾਈਕਲ, ਇੱਕ ਕੋਈ ਨਾ ਲਿਬੜੇ ਰਹਿੰਦੇ ਬਾਈ, ਆਪਾਂ ਵੀਡੀਓ ਤਾਂ ਜਿਹੜੀ ਬਣੀ ਹੋਈ ਉਹ ਵੀ ਲਾ ਦੇਵਾਂਗੇ, ਹਾਂ ਟ੍ਰੋਫੀਆਂ ਸਾਰ ਗਈ, ਹਾਂ ਇਹ ਅਲੀ ਦਾ ਜਿਹੜਾ ਜਿਹੜਾ ਯਾਰ ਬਾਈ ਮੈਂ ਪੁੱਛਣਾ ਭੁੱਲ ਗਿਆ, ਜਿਹੜਾ ਉਹ ਪਿਛਲਾ ਹੈ ਉਹਦੀ ਸਰਵਿਸ ਚਾਲੂ ਆ, ਨਹੀਂ ਬਾਈ ਹੰਸ ਉਹਨੂੰ ਛੱਡਾਂਗੇ ਆਹ ਸੀਜ਼ਨ, ਮੰਨ ਲਓ ਗਰਮੀ ਲੰਘੀ ਤੋਂ ਬਾਅਦ ਛੱਡਾਂਗੇ, ਜਿਹੜਾ ਕੱਤੇ ਵਾਲਾ ਸੀਜ਼ਨ, ਹਾਂ ਉਹ ਛੱਡਾਂਗੇ, ਉਹ ਚ ਕੱਤੇ ਵਾਲੇ ਸੀਜ਼ਨ ਛੱਡੋ, ਉਹ ਦੋ ਦੰਦ ਹੈ ਤੇ ਉਹ ਹੰਸਾ, ਚਾਰ ਦੰਦ ਹੋਏ ਤੋਂ ਵੀ ਜਾਣੀ ਡਾਕਟਰ ਸਾਡੇ ਕੋਲ ਡਾਕਟਰ ਸੁਖਦੇਵ ਸੰਧੂ ਕਾਫੀ ਉਹਨਾਂ ਦਾ ਆਉਣ ਜਾਣਾ ਤੇ, ਪਰ ਉਹਨਾਂ ਦੇ ਕਹਿਣ ਦੇ ਹਿਸਾਬ ਨਾਲ ਵੀ ਚਾਰ ਦੰਦ ਹੋਏ ਤੋਂ ਕ੍ਰੋਸਿੰਗ ਤੇ ਛੱਡਣਾ, ਤੁਹਾਡੇ ਕੋਲ ਹੈਗੇ ਵੀ ਆ ਨਾ, ਤੁਹਾਨੂੰ ਐਡਾ ਵੀ ਹੈ ਬੱਤੀ ਨਾ ਬੱਤੀ ਜੁੜੀ ਹੋਈ ਹੈਨਾ, ਆਪਣੇ ਕੋਲ ਤੇ ਨਹੀਂ ਤਾਂ ਖੀਰੇ ਨੂੰ ਵੀ ਅਗਲੇ ਨੂੰ ਛੱਡਣਾ ਪੈ ਜਾਂਦਾ ਹੈਨਾ, ਹਾਂ ਤੇ ਆਹ ਆਹ ਘੋੜਾ ਇਹ ਹੈਗਾ ਜੀ ਅਲੀ ਦਾ ਬੱਚਾ, ਡਾਇਮੰਡ ਡਾਇਮੰਡ ਤੇ ਰਾਜੂ ਦਾ ਪੋਤਾ ਹੈ, ਰਾਜੂ ਦਾ ਪੋਤਾ, ਇਹ ਤਾਂ ਉਮਰ 'ਚ ਪੂਰਾ ਲੱਗਦਾ, ਹਾਂ ਜੀ ਹਾਂ ਇਹ ਤਾਂ ਹੋ ਗਿਆ ਜੀ 5 ਸਾਲ ਦਾ, 5 ਸਾਲ ਦਾ, 5 ਸਵਾ 5 ਸਾਲ ਤੇ ਇਹਦੀ ਸਰਵਿਸ ਦੇ, ਇਹਦੀ ਚੱਲ ਰਹੀ, ਇਹਦੀ ਸਰਵਿਸ ਇਹਦੇ ਬੱਚੇ ਬਹੁਤ ਆ ਗਏ, ਬਹੁਤ ਇਹਦੀ ਇਹਦੀ ਹਾਈਟ 65 ਇੰਚ ਭਾਈ, ਤੁਹਾਡੇ ਘਰੇ ਆਏ ਜਦੋਂ ਬੰਦਾ ਕੋਈ ਆ ਜਾਂਦਾ ਉਹਦੇ ਸਾਹਮਣੇ 3-4 ਸਾਨ ਖੜੇ ਆ, ਉਹ ਮਿਥ ਕੇ ਆਉਂਦਾ ਹੈ ਕਿ ਉਹ ਇੱਥੇ ਆ ਕੇ ਚੋਇਸ ਕਰਦਾ ਵੀ ਸਾਰੇ ਕੱਢ ਕੇ ਦਿਖਾਉਣੇ, ਫੋਨ ਤੇ ਇਹ ਗੱਲ ਕਹਿਣੇ ਜੀ, ਹਾਂ ਬਈ ਸਾਡੇ ਕੋਲੇ ਘੋੜੇ ਆ ਜਿਹੜੇ ਤੁਹਾਡੀ ਚੋਇਸ ਹੋਈ ਆਪਾਂ ਉਹ ਛੱਡ ਦਿਆਂਗੇ,
ਉਹ ਛੱਡ ਦਿਓਗੇ ਬਈ ਅੱਛਾ ਆ ਕੇ ਅਗਲਾ ਪਹਿਲਾਂ ਘੋੜੇ ਕਢਵਾ ਕੇ ਦੇਖ ਲੈਂਦਾ ਸਾਰੇ ਕਢਵਾ ਕੇ ਲੈਂਦਾ ਜੀ ਬਈ ਜਿਹਦੇ ਤੋਂ ਫਿੱਟ ਆ ਉਹ ਛੜਾ ਲੈਂਦਾ ਸਹੀ ਉਹ ਛੜਵਾ ਲੈਂਦਾ ਬਈ ਜੇ ਕਿਸੇ ਨੂੰ ਮਹਾਰਾਣਾ ਫਿੱਟ ਆ ਕੋਈ ਫਿੱਟ ਕਰਦਾ ਜੀ ਕੋਈ ਸੁਹੱਪਣ ਫਿੱਟ ਕਰਦਾ ਅੱਡੋ ਅੱਡ ਨਹੀਂ ਇੱਕ ਹੋਰ ਵੀ ਗੱਲ ਆ ਨਾ ਕਿ ਮੂਹਰਲੇ ਬੰਦੇ ਦੀ ਘੋੜੀ ਤੇ ਵੀ ਡਿਪੈਂਡ ਕਰਦਾ ਜੇ ਹੁਣ ਮੰਨ ਕੇ ਚੱਲੋ ਕਿਸੇ ਕੋਲੇ ਬਾਹਲੀ ਖੁੱਲੀ ਵੱਡੀ ਘੋੜੀ ਆ ਹਾਂਜੀ ਹਾਂਜੀ ਤੇ ਉਹਨੂੰ ਬਿਊਟੀ ਚਾਹੀਦੀ ਆ ਤਾਂ ਮਹਾਰਾਣਾ ਤਜਰਬੇਕਾਰ ਜਿਹੜੇ ਇਹ ਗੱਲਾਂ ਸੋਚਦੇ ਵੀ ਮੇਰੀ ਘੋੜੀ ਕਿਹੜੇ ਘੋੜੇ ਨਾਲ ਮੈਚ ਕਰਦੀ ਹੈ ਜ਼ਿਆਦਾਤਰ ਤਾਂ ਮੰਨ ਲਓ ਰੀਲ ਹੀ ਚੜੀ ਹੁੰਦੀ ਹੈ ਜਿਵੇਂ ਹੁਣ ਜਿਹੜਾ ਤੇਰਾ ਉਹ ਹੰਸ ਆ ਹਾਂਜੀ ਇਹ ਜੇ ਮੰਨ ਕੇ ਚਲੋ ਵੀ ਛੋਟੀ ਘੋੜੀ ਵੀ ਆ ਤੇ ਥੋੜੀ ਖੂਬਸੂਰਤੀ ਚ ਵੀ ਘੱਟ ਆ ਇਹ ਉਹਤੇ ਵੀ ਸਿਰਾ ਕਰ ਹਾਂ ਉਹਤੇ ਕੰਮ ਆ ਕਿ ਇਹਦੀ ਗਰਦਨ ਸ਼ਾਰਟ ਆ ਉਹਨੂੰ ਵੀ ਇਹ ਕਵਰ ਕਰ ਜੂਗਾ ਹਾਂ ਕਵਰ ਕਰ ਜੂਗਾ ਕਿਉਂਕਿ ਉਹਦੇ ਚ ਕੱਦ ਵੀ ਬਹੁਤ ਆ ਸੁੰਬ ਵੀ ਬਹੁਤ ਆ ਹੁਣ ਕਿਸੇ ਘੋੜੀ ਦਾ ਸੁੰਬ ਲੋਮਾਰ ਖਾਂਦੀ ਆ ਹਾਂਜੀ ਤਾਂ ਉਹਨੂੰ ਹੁਣ ਮਜ਼ਬੂਤ ਸੁੰਬ ਵਾਲਾ ਹੀ ਘੋੜਾ ਆਪਾਂ ਨੂੰ ਛੱਡਣਾ ਪਊ ਉਹਤੇ ਹਾਂਜੀ ਹਾਂਜੀ ਕਿ ਨਹੀਂ ਬਾਈ ਹਾਂਜੀ ਇਹ ਘੋੜੀ ਹੈ ਆਹ ਘੋੜੀ ਆ ਜੀ ਤੇ ਆਪਣੇ ਮਾਰਵਾੜੀ ਕਿੱਧਰਲੇ ਪਾਸੇ ਖੜੇ ਮਾਰਵਾੜੀ ਹੈ ਘੋੜੀ ਮਾਰਵਾੜੀ ਘੋੜਾ ਕਿੱਧਰ ਖੜਾ ਉਹ ਉਧਰ ਆਈ ਪਿੱਛੇ ਇੱਕ ਪਾਸਾ ਹੋਰ ਵੀ ਆ ਹਜੇ ਹਾਂਜੀ ਹਾਂਜੀ ਆ ਘੋੜੀ ਬਹੁਤ ਖੁੱਲੀ ਆ ਬਾਈ ਇਹਨਾਂ ਵਿਚਾਰੀ ਦਾ ਬੱਚਾ ਪਰਸੋਂ ਆਇਓ ਮੇਰਾ ਰੱਬਾ ਸੂਈ ਸੀ ਬਹੁਤ ਅੱਛਾ ਬੱਚਾ ਬਹੁਤ ਜ਼ਿਆਦਾ ਚੰਗਾ ਬੱਚਾ ਸੀ ਤੇ ਯਾਰ ਜਦੋਂ ਐਵੇਂ ਬੱਚੇ ਨੂੰ ਕੋਈ ਗੱਲ ਹੋ ਜਾਂਦੀ ਯਾਰ ਘੋੜੀ ਚੂੰਟ ਚੂੰਟ ਇੰਚ ਦੀ ਹੋਊਗੀ ਬਾਈ ਇਹ ਬਾਈ ਬਾਡੀ ਬਹੁਤ ਤੁਰਦੀ ਬਹੁਤ ਜ਼ਿਆਦਾ ਦੇਖੋ ਜੀ ਇਹਦੇ ਪਰ ਬਾਈ ਪੈਰ ਪੈਰ ਪੈਰਾਂ ਨੂੰ ਕੀ ਸੱਚ ਕੀ ਹੋ ਗਈ ਮਤਲਬ ਬੱਚੇ ਨੂੰ ਕੀ ਹੋ ਸਮਝ ਨਹੀਂ ਲੱਗੀ ਬੱਚਾ ਜਨਮ ਲੈਣ ਸਾਰੀ ਮੌਤ ਹੋ ਗਈ ਬੱਚੇ ਦੀ ਅੱਛਾ ਜਨਮ ਲੈਣ ਸਾਰੀ ਮੌਤ ਹੋ ਗਈ ਪਰਸੋਂ ਦੀ ਗੱਲ ਯਾਰ ਬੁੜ ਕੇ ਐ ਜੀ ਲਵਾਉਣਾ ਹੀ ਜਾਨਵਰ ਦਾ ਬਹੁਤ ਔਖਾ ਯਾਰ ਹਨਾ ਨਹੀਂ ਬਾਰਾ ਕਰਿਆ ਨਹੀਂ ਹੂੰ ਘੋੜੀ ਨੇ ਕਰਿਆ ਨਹੀਂ ਦੁੱਧ ਨਹੀਂ ਨਾ ਚੁੰਗਿਆ ਹੀ ਗਈ ਜਦੋਂ ਬੱਚਾ 2-4 ਵਾਰ ਦੁੱਧ ਚੁੰਗ ਲੈਂਦਾ ਉਦੋਂ ਘੋੜੀ ਜ਼ਿਆਦੇ ਮੂੰਹ ਕਰਦੀ ਉਦੋਂ ਦਾ ਪਿਆਰ ਬਣ ਜਾਂਦਾ ਹਾਂ ਪਿਆਰ ਬਣ ਜਾਂਦਾ ਇਹ ਹਜੇ ਉਹ ਤਾਂ ਵਿਚਾਰਾ ਇੱਕ ਨਾ ਜਦੋਂ ਨਾ ਬਈ ਘੋੜੀ ਬੱਚਾ ਦਿੰਦੀ ਆ ਨਾ ਉਦੋਂ ਮੰਨ ਲਓ ਵੀ ਉਹ ਸਟੇਜ ਤੇ ਹੁੰਦੀ ਹੈ ਵੀ ਖੱਫਣ ਸਰਾਣੇ ਵਾਲੀ ਗੱਲ ਜ਼ੋਰ ਹੀ ਇੰਨਾ ਲੱਗਿਆ ਹੁੰਦਾ ਜਿਹੜਾ ਅੱਧੇ ਘੰਟੇ ਦੇ ਵਿੱਚ ਜਿਹੜੀ ਗੱਲ ਮੰਨ ਲਓ ਉਹ ਤੋਂ ਪਾਸੇ ਹੋ ਗਈ ਉਹ ਜਦੋਂ ਉਹਨੂੰ ਅਸਲ ਘੋੜੀ ਸੂਏ ਤੋਂ ਬਾਅਦ 10 ਜਾਂ 8 ਘੰਟਿਆਂ ਦੇ ਵਿੱਚ ਪਹਿਲਾਂ ਵਾਲੀ ਸਟੇਜ 'ਚ ਆਉਂਦੀ ਹੈ ਉਹ ਉਦੋਂ ਨੂੰ ਜੇ ਤਾਂ ਮੰਨ ਲਓ ਬੱਚਾ 2-3 ਦਿਨ ਦੁੱਧ ਚੁੰਘਿਆ ਤਾਂ ਬੱਚੇ ਘੋੜੀ ਨੂੰ ਬਾਹਲਾ ਫੀਲ ਹੁੰਦਾ ਵੀ ਮੇਰਾ ਬੱਚਾ ਸੀ ਮੈਂ ਚੱਟਿਆ ਪਿਆਰ ਕੀਤਾ ਪਰ ਜਦੋਂ ਘੋੜੀ ਦਾ ਜਨਮ ਲੈਣ ਸਾਰੀ ਬੱਚਾ ਖਤਮ ਹੋ ਜੇ ਉਹਦਾ ਜ਼ੋਰ ਹੀ ਇੰਨਾ ਲੱਗਿਆ ਹੁੰਦਾ ਵੀ ਉਹਨੂੰ ਸੁਰਤ ਜਦੋਂ ਆਉਂਦੀ ਉਦੋਂ ਨੂੰ ਆ ਦੇਖੋ ਆਹ ਹੁਣ ਥਣਾ ਨਹੀਂ ਜਾਗਦੀ ਹੈ ਇਹ ਕੱਲ੍ਹ ਦੀ ਆਪਦੇ ਥਣਾ ਨਹੀਂ ਵਾਪਸ ਮੁੜ ਮੁੜ ਝਾਕਦੀ ਹੈ ਵੀ ਇੱਥੋਂ ਦੁੱਧ ਪ੍ਰੈਸ਼ਰ ਪੈਂਦਾ ਸੈਂਸ ਤਾਂ ਬਈ ਜੇ ਵਾਹਿਗੁਰੂ ਤੱਕ ਜਿਹੜੇ ਸੈਂਸਰ ਬਣੇ ਆ ਨਾ ਇਹ ਘੋੜੇ ਨੂੰ ਦੇਖ ਕੇ ਬਣੇ ਆ ਘੋੜੇ ਨੂੰ ਜਿਹੜਾ ਆਪਾਂ ਕਹਿੰਦੇ ਨਾ ਪਹਿਲਾਂ ਘੋੜਾ ਰਾਹ ਛੱਡ ਦਿੰਦਾ ਸੀ ਵੀ ਇੱਧਰ ਦੁਸ਼ਮਣ ਖੜਾ ਉਹ ਸੈਂਸਰ ਘੋੜੇ ਨੂੰ ਦੇਖ ਕੇ ਤਿਆਰ ਹੋਇਆ ਵੀ ਇਹਨੂੰ ਜੇ ਹੁਣ ਜਿਹੜਾ ਘੋੜਾ ਜਿਵੇਂ ਹੁਣ ਘੋੜੇ ਕੋਲੇ ਬੰਦਾ ਜਾਂਦਾ ਘੋੜੇ ਦੇ ਸੈਂਸਰ ਅੰਦਰ ਲੱਗੇ ਹੋਏ ਆ ਵੀ ਬੰਦਾ ਡਰਦਾ ਕਿ ਡਰਾਉਂਦਾ ਜੇ ਤਾਂ ਬੰਦਾ ਕਾਰੀਗਰ ਆ ਘੋੜਾ ਨੂੰ ਕੁਛ ਨਹੀਂ ਕਹਿੰਦਾ ਤੇ ਜੇ ਬੰਦਾ ਅਣਜਾਣ ਹੈ ਘੋੜਾ ਉਹਦੇ ਗਲ ਪੈ ਜਾਂਦਾ ਇਹ ਸੈਂਸਰ ਘੋੜੇ ਦੀ ਕਾਢ ਆ ਇਹਨੂੰ ਸੈਂਸ ਹੈ ਵੀ ਕੀ ਹੋ ਗਿਆ ਤੇ ਆ ਕੀ ਕਰੂਗਾ ਕੀ ਹੋਣ ਵਾਲਾ ਸਹੀ ਗੱਲ ਆ ਬਾਈ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਜੋਤਿਸ਼ੀਆਂ ਵਰਗੇ ਹੁੰਦੇ ਆ ਇਹ ਬਿਲਕੁਲ ਸਹੀ ਗੱਲ ਆ ਇਹ ਜੋਤਿਸ਼ ਵਾਂਗੂ ਮਤਲਬ ਅੰਦਾਜ਼ਾ ਲਾ ਲੈਂਦੇ ਆ ਇੱਕ ਆਹ ਘੋੜੀ ਆ ਹਾਂਜੀ ਜਿਹੜੀ ਤੁਹਾਡੇ ਕੋਲੇ ਭਰ ਕੇ ਆਈ ਆ ਬਾਈ ਹਾਂ ਆਪਾਂ ਖਰੀਦੀ ਆ ਬਾਈ ਅੱਛਾ ਖਰੀਦੀ ਆ ਰਾਤ ਹੀ ਬੱਚਾ ਦਿੱਤਾ ਇਹਨੇ ਅੱਛਾ ਰਾਤ ਹੀ ਬੱਚਾ ਦਿੱਤਾ ਇੱਥੇ ਜੇਰ ਪਈ ਸੀ ਇਹਦੇ ਕੋਈ ਹਾਂਜੀ ਅੱਛਾ ਇਹਦੀ ਹੋਈ ਆ ਤੇ ਐਵੇਂ ਧਿਆਨ ਰਹਿ ਜਾਂਦਾ ਬਾਈ ਵੀ ਘੋੜੀ ਆ ਸੂਣ ਵਾਲੀ ਆ ਅਸੀਂ ਚੋਰੀ ਸੂਣ ਹੀ ਨਹੀਂ ਦਿੱਤੀ ਅੱਜ ਤੱਕ ਬਾਈ ਜਿੰਨਾ ਪਰਮਾਤਮਾ ਦੀ ਕਿਰਪਾ ਜੀ ਵੀ ਚੋਰੀ ਘੋੜੀ ਨਹੀਂ ਸੂਣ ਦਿੱਤੀ ਅੱਜ ਤੱਕ ਹਾਂਜੀ ਇੰਨੀ ਗੌਰ ਹਰ ਸਾਲ ਪਰਮਾਤਮਾ ਦੀ ਕਿਰਪਾ 18-20 ਘੋੜੀਆਂ ਬੱਚੇ ਦੇ ਦੇਣਾ ਵੀ ਜੇ ਆਪਾਂ 10 ਸਾਲ ਦਾ ਤਜਰਬਾ ਕਰੀਏ ਤਾਂ 250 ਘੋੜੀ ਸੂ ਹੀ ਹੋਊਗੀ ਪਰ 200-250 ਘੋੜੀ ਚੋਂ ਹਜੇ ਤੱਕ ਚੋਰੀ ਨਹੀਂ ਸੂਣ ਦਿੱਤੀ ਚੋਰੀ ਨਹੀਂ ਸੂਣ ਦਿੱਤੀ ਤੇ ਘੋੜੀ ਦਾ ਇਹ ਗੁਣ ਹੁੰਦਾ ਵੀ ਚੋਰੀ ਸੂਣਾ ਉਹਨੇ ਹਾਂ ਉਹ ਘੋੜੀ ਦੇ ਅੰਦਰ ਸ਼ਕਤੀ ਮਿੰਟੂ ਵਾਲੇ ਘੋੜੇ ਦੀ ਸਮੁੰਦਰ ਦੀ ਮਿੰਟੂ ਵਾਲੇ ਸਮੁੰਦਰ ਘੋੜੇ ਦੀ ਬੱਚੀ ਆ ਬਹੁਤ ਵੱਡੀ ਖੁਦ ਲੈਂਥ ਬੜੀ ਆ ਬਹੁਤ ਲੰਬੀ ਬਹੁਤ ਹੈ ਹਨਾ ਲੰਬੀ ਬਹੁਤ ਹੈ ਠੀਕ ਹੈ ਬਾਈ ਤੇ ਇਹ ਇਹਨਾਂ ਜਿੰਨੇ ਆਪਣੇ ਪੂਰੇ ਟੋਟਲ ਫਾਰਮ ਤੇ ਜਾਨਵਰ ਆ ਹਾਂਜੀ ਇਹਨਾਂ ਚ ਪੱਕੇ ਕਿਹੜੇ ਆ ਤੇ ਕਿਹੜੇ ਜਿਹੜੇ ਫੀਮੇਲ ਘੋੜੀਆਂ ਦੇ ਦੂ ਵੀ ਦਿੰਨੇ ਆਪਾਂ ਵਿੱਚ ਹੈਗਾ ਬਾਈ ਜਿਵੇਂ ਆ ਘੋੜੀ ਹੋ ਗਈ ਜੀ ਇਹ ਵੀ ਮੰਨ ਲਓ ਸੇਲ
ਮੈਂ ਚੈੱਕ ਵੀ ਕਰ ਰਿਹਾ ਕਿ ਸਵੇਰੋਂ ਮੈਨੂੰ ਜਿਹੜਾ ਜਿਹੜਾ ਦੱਸਿਆ ਸੀਗਾ ਵੀ ਬਿਲਕੁਲ ਉਵੇਂ ਹੀ ਆ ਇਹ ਬਈ ਗੁਜਰਾਤ ਚੋਂ ਆਈ ਹੈ ਘੋੜੀ ਹੁਣੀ ਬਈ ਚੋੜੀ ਰਾਜ ਤੋਂ ਗੱਭਣ ਆਈ ਰਾਜ ਤੋਂ ਗੱਭਣ ਚੈੱਕ ਕਰਾਤੀ ਖਾਲੀ ਲਈ ਸੀ ਇਹ ਨੁਕਰਾ ਬਲਾਡਾ ਹਨਾ ਬਈ ਨੁਕਰਾ ਬਲਾਡਾ ਆ ਬਈ ਮਹਾਰਾਣੇ ਦੀ ਬੱਚੀ ਹੈ ਮਹਾਰਾਣੇ ਦੀ ਹੈ ਇਹ ਉਵੇਂ ਹੀ ਦੱਸਦੀ ਆ ਹਨਾ ਇਹ ਬਈ ਜਾਦਵਿੰਦਰ ਗਿੱਲ ਦੇ ਘਰੇ ਬਰੀਡ ਹੋਈ ਹੈ ਬੋਰਡਰ ਕੰਨ ਬਹੁਤ ਆ ਯਾਰ ਬੱਚੇ ਉਮਰ ਕੁਛ ਵੀ ਨਹੀਂ ਇਹ ਨਹੀਂ ਜਵਾਂ ਕੱਚੀ ਨਾ ਹਾਂ ਹਾਂ ਬੱਚੀ ਨਿੱਕੀ ਗਰਦਨ ਬੜੀ ਲੰਬੀ ਹੈ ਕਰ ਬੈਠੇ ਹੁਣ ਦੁਬਾਰੇ ਲੈਣੇ ਮੁਸ਼ਕਲ ਹੋ ਗਏ ਜਿਵੇਂ ਆਉਣ ਵਾਲੇ ਸਮੇਂ 'ਚ ਹਰ ਇੱਕ ਬੰਦਾ ਕਹਿੰਦਾ ਤੁਹਾਡੇ ਕੋਲ ਘੋੜੇ ਰਹੇ ਆ ਤੇ ਬੱਚੇ ਕਿਉਂ ਨਹੀਂ ਰੱਖੇ ਤੁਸੀਂ ਆਪਦੇ ਭਾਈ ਨੀਲਾ ਕਿੱਡਾ ਵੱਡਾ ਖੜਾ ਉਹ ਬੱਚਾ ਹੀ ਆ ਹੈ ਤਾਂ ਇਹ ਰਾਜ ਦਾ ਬੱਚਾ ਆ ਗਿਆ ਜੀ ਇਹ ਨਕੰਦਾ ਜੀ ਇਹ ਵੀ ਨਕੰਦਾ ਹਾਂਜੀ ਕੱਦ ਵੀ ਕੋਈ ਹਾਂ ਹਾਈਟ ਬਹੁਤ ਆ ਇਹ ਇਹ ਨੀਲਾ ਤੇ ਇਹ ਦੇ ਦੋਗੇ ਨਹੀਂ ਜੀ ਨਹੀਂ ਨਹੀਂ ਦਿੰਦੇ ਇਹ ਤਾਂ ਘੋੜਾ ਬਣਾਉਂਦੇ ਸਹੀ ਦਾ ਸ਼ੌਕ ਵਜੋਂ ਘਰੇ ਹੀ ਇਹ ਰੱਖਣਾ ਹੈ ਠੀਕ ਆ ਕਹਿੰਦੇ ਟਰੈਕਟਰੂਕ ਵੀ ਬਾਈ ਹੁਣੀ ਬਣਾ ਰਹੇ ਆਉਣ ਵਾਲੇ ਸਮੇਂ 'ਚ ਭਜਾਉਣ ਭਜੂਣ ਵਾਸਤੇ ਹਾਂਜੀ ਹਾਂ ਤੇ ਆਹ ਬਸ਼ੇਰੀ ਇਹ ਬਸ਼ੇਰੀ ਗ੍ਰੇਟ ਕੈਮਰਾ ਗ੍ਰੇਟ ਕੈਮਰਾ ਦੀ ਗ੍ਰੇਟ ਕੰਨ ਬੜਾ ਬਾਈ ਇਹਦਾ ਇਹ ਆਪਣੇ ਘਰੇ ਹੀ ਇਹਦੀ ਮਾਂ ਖੜੀ ਆ ਹਾਂਜੀ ਹਾਂ ਠੀਕ ਇਹ ਬਸ਼ੇਰੀ ਤੇ ਬਸ਼ੇਰਾ ਦੋਨੇ ਗ੍ਰੇਟ ਕੈਮਰਾ ਦੇ ਇਹ ਬਸ਼ੇਰਾ ਵੀ ਗ੍ਰੇਟ ਕੈਮਰਾ ਦਾ ਜੀ ਤੇ ਆਹ ਇੱਕ ਪਿੰਜਰੇ 'ਚ ਤਾੜਿਆ ਪਿਆ ਚੂਹਾ ਜਿਹਾ ਇਹ ਮਹਾਰਾਣੀ ਦੀ ਜੀ ਇਹ ਮਹਾਰਾਣੀ ਦੀ ਆ ਜੀ ਮਾਂ ਵੀ ਜੇਕ ਪਿਆਣ ਸੀ ਜੀ ਠੀਕ ਆ ਇਧਰ ਹੀ ਆਇਆ ਬਈ ਇਧਰ ਆਪਣੇ ਘਰੇ ਹੀ ਪੈਦਾ ਹੋਈ ਅੱਛਾ ਇਹਦੀ ਮਾਂ ਇੱਥੇ ਹੀ ਆ ਨਹੀਂ ਜੀ ਗੁਜਰ ਗਈ ਸੀ ਉਹ ਇਹਦੀ ਮਾਂ ਹੋ ਹੋ ਤੇ ਕਾਈ ਹੋ ਰਹੇ ਨੇ ਆਏ ਘਾਟੇ ਪੈ ਜਾਂਦੇ ਆ ਵਿੱਚ ਯਾਰ ਹਨਾ ਬਾਈ ਇੱਕ ਮੈਨੂੰ ਬਿੰਦਰ ਹੋਰ ਤਜਰਬੇ ਵਾਲੀ ਗੱਲ ਇਹ ਦੱਸ ਹਾਂਜੀ ਬਈ ਜਿਹੜਾ ਘੋੜਾ ਹਾਂਜੀ ਉਹ ਜਿਵੇਂ ਆਏ ਧੁੱਪੇ ਖੜਾ ਹੈ ਬੱਚਾ ਧੁੱਪੇ ਖੜਾ ਹਾਂਜੀ ਇਹਨਾਂ ਨੂੰ ਆਏ ਗਰਮੀ ਤਾਂ ਨਹੀਂ ਲੱਗਦੀ ਬੱਚਾ ਕੋਈ ਵੀ ਖੁੱਲਾ ਛੱਡ ਦਿਓ ਜੀ ਤੁਸੀਂ ਛਾਂ ਇੱਕ ਪਾਸੇ ਛਾਂ ਕਰ ਦਿਓ ਇੱਕ ਪਾਸੇ ਧੁੱਪ ਰਹਿਣ ਦਿਓ ਧੁੱਪੇ ਆ ਕੇ ਪਊਗੀ ਧੁੱਪੇ ਆ ਕੇ ਪਊਗਾ ਵੀ ਐਂ ਧੁੱਪ ਨਾ ਇਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਗੀ ਨਾ ਜੀ ਨਾ ਹੈ ਨਾ ਜੀ ਨਾ ਯਾਰ ਮੈਂ ਸਾਡਾ ਬਸ਼ੇਰਾ ਧੁੱਪੇ ਰਹਿੰਦਾ ਹੁੰਦਾ ਕਿਤੇ ਕਿਤੇ ਮੈਨੂੰ ਐਂ ਜੇ ਵਹਿਮ ਜਿਹਾ ਹੋ ਜਾਂਦਾ ਵੀ ਯਾਰ ਨੂੰ ਹੋਈ ਜਾਣਗੇ ਥੱਲੇ ਮੁੜਕਾ ਵੀ ਤੁਰਪੂ ਜੀ ਥੱਲੇ ਇਹਨਾਂ ਦੇ ਮੈਨੂੰ ਐਂ ਜੇ ਵਹਿਮ ਜਿਹਾ ਹੋ ਜਾਂਦਾ ਵੀ ਯਾਰ ਕਿਤੇ ਬਿਮਾਰ ਹੀ ਨਾ ਹੋ ਜਾਏ ਨਹੀਂ 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 ਆਇਓ ਚੱਲੀਏ ਫਿਰ ਉਧਰ ਇੱਕ ਘੋੜੀਆਂ ਦਿਖਾ ਦਈਏ ਘੋੜੀਆਂ ਤੋਂ ਬਾਅਦ ਘੋੜੇ ਆ ਮਾਰਵਾੜੀ ਆ ਇੱਕ ਆ ਇਹ ਆ ਆਪਾਂ ਮਾਰਵਾੜੀ ਇਕੱਲਾ ਦਿਖਾਇਆ ਸੀ ਹਨਾ ਬਾਈ ਇਹ ਕਿਹਦਾ ਬੱਚਾ ਵੀਰੇ ਇਹ ਬਈ ਰਾਜਵੀਰ ਦਾ ਬੱਚਾ ਤੇ ਰਾਜ ਦਾ ਪੋਤਾ ਤੇ ਰਤਨਾਕਰ ਦਾ ਪੜੋਤਾ ਹੈ ਰਤਨਾਕਰ ਇਹਦੀ ਮਾਂ ਬਈ ਪਰੀ ਘੋੜੀ ਸੀਗੀ ਰਵੀ ਰਾਜ ਗੜਵੀ ਦੇ ਘਰੇ ਡਾਇਰੈਕਟਰ ਬਰਕਾਣੇ ਵਾਲੇ ਦੀ ਜੀ ਗੁਜਰਾਤ ਦੇ ਵਿੱਚ ਰਵੀ ਰਾਜ ਗੜਵੀ ਕੋਲੇ ਡਾਇਰੈਕਟਰ ਬਰਕਾਣੇ ਵਾਲੇ ਦੀ ਘੋੜੀ ਸੀ ਪਰੀ ਤੇ ਉਹ ਵੈਸੇ ਨੁਕਰਾਂ ਦਾ ਕੰਮ ਕਰਦੇ ਕਰਦੇ ਨੂੰ ਇਹਦੇ ਨਾਲ ਕਿਵੇਂ ਇਸ਼ਕ ਹੋਇਆ ਨਹੀਂ ਮਾਰਵਾੜੀ ਵੀ ਆਪਾਂ ਕਾਫੀ ਟਾਈਮ ਤੋਂ ਕਰ ਰਹੇ ਹਾਂ ਪਰ ਹਲਕਾ ਹਲਕਾ ਕਰ ਰਹੇ ਹਾਂ ਨੁਕਰੇ 'ਚ ਜ਼ਿਆਦਾ ਨੁਕਰੇ 'ਚ ਜ਼ਿਆਦਾ ਨੁਕਰਾ ਬਈ ਆਪਣਾ ਸ਼ੁਰੂ ਤੋਂ ਨੁਕਰੇ 'ਚ ਨਾਂ ਬਾਬੇ ਨੇ ਦਿੱਤਾ ਤੇ ਨੁਕਰੇ ਦੇ ਵਿੱਚੋਂ ਹੀ ਆਪਾਂ ਉੱਠੇ ਹਾਂ ਤੇ ਉਹ ਨਹੀਂ ਛੱਡਣਾ ਚਾਹੀਦਾ ਹਾਂ ਉਹ ਨਹੀਂ ਛੱਡਣਾ ਚਾਹੀਦਾ ਪਰ ਮਾਰਵਾੜੀ ਨਾਲ ਵੀ ਕਰਨਾ ਚਾਹੀਦਾ ਸਮੇਂ ਦੇ ਨਾਲ ਜਿਹੜਾ ਬਈ ਬੰਦਾ ਬਦਲ ਜੂ ਫਿਰ ਹਾਂ ਵਧੀਆ ਹਾਂ ਇਹ ਤਾਂ ਗੱਲ ਹੈ ਜਿਵੇਂ ਕਰੇ ਜਿਵੇਂ ਇਹ ਇਹਨੂੰ ਇਹਦੀ ਇਹਦੀ ਸਰਵਿਸ ਦੇ ਰਹੇ ਹਾਂਜੀ ਹਾਂ ਇਹਦੀ ਸਰਵਿਸ ਦੇ ਰਹੇ ਹਾਂਜੀ ਤੇ ਬਈ ਸਵਾਰੀ ਸਵੂਰੀ ਕਰਦੇ ਹੁੰਦੇ ਆ ਸਵਾਰੀ ਬਈ ਪਹਿਲਾਂ ਤਾਂ ਬਹੁਤ ਕਰਦੀ ਹੁਣ ਰੋਡ ਦੀ ਮੁਸ਼ਕਲ ਹੈ ਥੋੜੀ ਜੀ ਇੱਥੇ ਫਾਰਮ ਤੇ ਆ ਹਾਂਜੀ ਹਾਂ ਰੋਡ ਤੇ ਥੋੜਾ ਜਿਹਾ ਨਹੀਂ ਉਹ ਆ ਵੀ ਇਧਰ ਤਾਂ ਹੈਗਾ ਕਿਤੇ ਕਿਤੇ ਕਰ ਲਈਦੀ ਹੈ ਪਰ ਪਹਿਲਾਂ ਸਾਡਾ ਪੁਰਾ ਪਿੱਛੇ ਪਿੰਡ 'ਚ ਘਰ ਸੀ ਉਦੋਂ ਬਹੁਤ ਕਰਦੇ ਉਦੋਂ ਬਹੁਤ ਕਰਦੇ ਸੀ ਹੁਣ ਵੀ ਪਲੈਨਿੰਗ ਤਾਂ ਹੈਗੀ ਆ ਇੱਥੇ ਕੋਈ ਨੇੜੇ ਜ਼ਮੀਨ ਟਰੈਕ ਜਾ ਬਣ ਜੇ ਟਰੈਕ ਜਾ ਬਣਾ ਕੇ ਉਹ ਤੇ ਕਰਿਆ ਕਰਾਂਗੇ ਹਾਂ ਬਣ ਜੇ ਚੰਗੀ ਗੱਲ ਨਾਲੇ ਤਾਂ ਬੱਚੇ ਸਿੱਖ ਜਾਣਗੇ ਬੱਚੇ ਸਿੱਖ ਲੈਣਗੇ ਵੀ ਨਾਲੇ ਬਈ ਆਪ ਦੀ ਸਿਹਤ ਲਈ ਬਹੁਤ ਚੰਗੀ ਹੈ ਰਾਈਡ ਬਈ ਜਿਹੜਾ ਆਹ ਇਹਨਾਂ ਦੇ ਸੂਆ ਆ ਜਾਂਦਾ ਹੁੰਦਾ ਘੋੜਿਆਂ ਦੇ ਇੱਥੇ ਜੇ ਇਹ ਕਿੰਨੇ ਚਿਰ ਬਾਅਦ ਆ ਜਾਂਦਾ ਬਈ ਜਿਹੜਾ ਤਾਂ ਘੋੜਾ ਹੈ ਜੀ ਘੋੜਾ ਤਾਂ ਚਾਰ ਦੰਦ ਦੀ ਕੱਢਿਆ ਹੁੰਦਾ ਜੀ ਕਈ ਘੋੜੇ ਮੰਨ ਲਓ ਵੀ 3 ਸਾਲ ਦੇ ਵੀ ਕੱਢੇ ਹੁੰਦੇ ਆ ਜੀ ਘੋੜੀ 7-8 ਸਾਲ ਦੀ ਕੱਢਦੀ ਹੈ ਕੋਈ ਕੱਢਦੀ ਆ ਕੋਈ ਨਹੀਂ ਵੀ ਕੱਢਦੀ ਹਾਂ ਨਹੀਂ ਵੀ ਕੱਢਦੀ ਪਰ ਘੋੜਾ ਕੱਢਿਆ ਹੁੰਦਾ ਇਹ ਕਹਿੰਦੇ ਵੈਸੇ ਜਿਹੜਾ ਘੋੜੇ ਦੇ ਇਹ ਦੰਦ ਆ ਇਹ ਦਬਦਬਾ ਬਣਾਉਣ ਵਾਸਤੇ ਹੀ ਆਉਂਦਾ ਵੀ ਮਤਲਬ ਘੋੜੇ ਦਾ ਦੂਜੇ ਘੋੜੇ ਤੇ ਹਮਲਾ ਕਰਨ ਵਾਸਤੇ ਹੀ ਆਉਂਦਾ ਹਾਂ ਹੋ ਸਕਦਾ ਇਹਦਾ ਕੋਈ ਪੱਠੇ ਖਾਣ ਨਾਲ ਤਾਲਕ ਹਾਂ ਇਹਦਾ ਕੋਈ ਇਹਦਾ ਮਾਸ ਚੀਰਨ ਨਾਲ ਤਾਲਕ ਆ
ਬਈ ਜਿਹੜਾ ਦੂਜੇ ਘੋੜੇ ਨੂੰ, ਕਿਉਂਕਿ ਜੰਗਲ ਦੇ ਵਿੱਚ ਘੋੜੇ ਨੇ ਘੋੜੇ ਨੂੰ ਹਰਾਉਣਾ ਹੁੰਦਾ ਸੀ, ਫਿਰ ਕਬਜ਼ਾ ਕਰਨਾ ਸਹੀ ਹੈ, ਬਈ ਇਹ ਇਹਦਾ ਦੰਦ ਆ ਜਿਹੜਾ ਉਹ ਸਭ ਚਲੋ ਇਹਦਾ ਹਥਿਆਰ ਆ, ਸਹੀ ਹੈ, ਬਈ ਘੋੜੇ ਨੂੰ ਗਾਂਹ ਵਾਲੇ ਨੂੰ ਵੱਢਣ ਵਾਸਤੇ ਆਉਂਦਾ, ਸਹੀ ਹੈ, ਤੇ ਜਿਵੇਂ ਜਿਵੇਂ ਉਹ ਮਤਲਬ ਫਿਰ ਇਹ ਬਾਹਲਾ ਵੱਡਾ ਹੋ ਜਾਂਦਾ ਘੋੜਾ, ਉਦੋਂ ਬਾਅਦ ਆ ਆ ਗਈ ਉਹ ਬਸ਼ੇਰੀ ਲਾਲ ਰਤਨ ਵਾਲੀ, ਲਾਲ ਰਤਨ ਦੀ ਆਹ ਦੇਖੋ ਪ੍ਰੀਤ ਘੋੜਿਆਂ ਨਾਲੋਂ ਵੱਡੀ ਬਸ਼ੇਰੀ ਆ ਓਏ, ਹੈ ਪ੍ਰੀਤ, ਹੁਣ ਪ੍ਰੀਤ ਇੱਕ ਗੱਲ ਤੂੰ ਮੰਨਦਾ, ਇਹ ਅੰਦਰ ਖੜੀ ਆਪਾਂ ਨੂੰ ਐਂ ਦਿਸਦੀ ਸੀ ਹੈ, ਤੇ ਦੇਖ ਇੱਥੇ ਖੜੀ ਦਾ ਕਿਵੇਂ ਕਿੰਨਾ ਰੋਹਬ ਆ, ਅਸਲ 'ਚ ਬਾਈ ਯਾਰ ਬਾਹਰ ਕੱਢ ਕੇ ਜਾਨਵਰ ਦਿਖਾਉਣ ਦਾ ਦੁੱਗਣਾ ਫਰਕ ਪੈਂਦਾ ਹੈ ਨਾ, ਤੇ ਬਾਹਰ ਬਾਹਰ ਕੱਢ ਕੇ ਜਾਨਵਰ ਨੂੰ ਵੀ ਐਂ ਹੋ ਜਾਂਦਾ ਮੈਨੂੰ ਕੁਝ ਦੇਖਣ ਨਾਲ, ਇਹਦਾ ਕਮਰਾ ਥੋੜ੍ਹਾ ਜਿਹਾ ਨੀਵਾਂ ਕੀਤਾ ਵਾ, ਕਈ ਬੰਦੇ ਨਾ ਥੋੜ੍ਹੇ ਹੋਰ ਟਾਈਪ ਦੇ ਹੁੰਦੇ ਆ, ਮਨੀਤ ਜੀ ਵਿੱਚ ਤਾਂ ਕਰਕੇ ਵੀ ਥੋੜ੍ਹਾ ਜਿਹਾ ਨੂੰ, ਇਹ ਤੁਹਾਨੂੰ ਮੈਂ ਗੱਲ ਦੱਸ ਦਿੰਦਾ, ਬੰਦੇ ਬਹੁਤ ਕਰਿੰਦੇ ਆ, ਸਾਰਾ ਪਤਾ ਇਹਨਾਂ ਨੂੰ ਵੀ ਕਿਵੇਂ ਕਿਹੜੀ ਚੀਜ਼ ਨੂੰ ਕਿੱਥੇ, ਕਮਰਾ ਵੀ ਤੁਹਾਡੇ ਘੋੜੇ ਨੂੰ ਸ਼ੋਅ ਕਰਦਾ 100%, ਜੇ ਤੁਸੀਂ ਘੋੜੇ ਦਾ ਰੋਹਬ ਦਿਖਾਉਣਾ ਚਾਹੁੰਦੇ ਤਾਂ ਕਮਰੇ ਨੂੰ ਥੋੜ੍ਹਾ ਉੱਚਾ, ਹਾਂ ਜੇ ਛਾਤੀ ਐਂ ਘਟਾਉਣਾ ਦਿਖਾਉਣੇ ਆ ਰੋਹਬ ਆ, ਇੱਕ ਇਹ ਚੀਜ਼ ਕੋਈ ਚੀਜ਼ ਆਪਾਂ ਐਂ ਕੱਢਣੀ ਆ ਵੀ ਹਜੇ ਰੁਕ ਕੇ ਬਾਹਰ ਕੱਢਣੀ ਆ, ਵੀ ਉਹਦਾ ਪ੍ਰੈਸ਼ਰ ਉਦੋਂ ਹੀ ਪਵੇ ਜਦੋਂ ਕੱਢਣੀ ਹੈ, ਉਦੋਂ ਉਹਨੂੰ ਉਹ ਜੇ ਕਮਰੇ 'ਚ ਰੱਖੋ ਜਿੱਥੇ ਵੀ ਐਂ ਲੱਗੇ ਕਮਰੀ ਜੀ ਆ, ਜਦੋਂ ਬਾਹਰ ਕੱਢੇ ਆ ਰਾਹ ਕੀ ਕੱਢ ਲਿਆ, ਇਹ ਚੀਜ਼ ਦਾ ਅਸਰ ਪਵੇ, ਇਹ ਵਾਕਈ ਲਾਲ ਰਤਨ ਦੀ ਬੱਚੀ ਹੈ ਬਾਈ, ਲਾਲ ਰਤਨ ਦੀ ਬੱਚੀ ਹੈ, ਇਹਨੂੰ ਆਪਾਂ ਘਰੇ ਰੱਖਾਂਗੇ, ਹਾਂ ਇਹਦੀ ਉਮਰ ਬਾਈ 22-23 ਮਹੀਨੇ ਹੈ ਜੀ, ਅਤੇ ਕੱਦ ਇਹਦਾ ਤੁਸੀਂ ਤੁਹਾਡੇ ਸਾਹਮਣੇ ਹੈ, ਕੱਦ ਬਹੁਤ ਵੱਡਾ, ਕੱਦ 65 ਇੰਚ ਹੈ ਜੀ, 65 ਇੰਚ ਜੀ, ਇਹ ਇਸ ਟਾਈਮ ਇਹਦਾ ਕੱਦ ਤਿਆਰ ਜੀ, ਅਤੇ ਦੇਖ ਲਾ 65 ਇੰਚ ਦੀ ਇਹ ਹੋ ਗਈ ਆ, ਅਤੇ ਹਜੇ ਇਹ ਬੱਚੀ ਆ, ਅਤੇ 67-68 ਇੰਚ ਦੀ ਘੋੜੀ ਹੋ ਜੂਗੀ, ਹਾਂਜੀ ਅਤੇ ਲਿਆ ਭਾਈ ਪ੍ਰੀਤ ਓਏ, ਬੰਦੇ ਵੀ ਮਿਲਾਉਣੇ ਆ ਯਾਰ, ਇੰਨੇ ਬੰਦੇ ਆਪਣੇ ਸਾਰੇ ਰਹਿੰਦੇ ਆ, ਉਹ ਤਾਂ ਕਰਤਾ ਸ਼ੁਰੂ ਹੈ, ਇਹ ਇੱਧਰਲੇ ਪਾਸੇ ਵੀ ਬਾਈ ਖੜੇ ਆ 3-4 ਜਾਨਵਰ, ਆਹ ਕੀਤੀ ਆ ਬਾਈ, ਇਹ ਘੋੜੀ ਕਿਸੇ ਦੀ ਕ੍ਰੋਸਿੰਗ ਵਾਲੀ, ਅੱਛਾ ਇਹ ਆਪਣੇ ਕੋਲ ਕ੍ਰੋਸ ਹੋਣ, ਹਾਂਜੀ ਆਈ ਆ, ਅਤੇ ਆਹ ਬਾਈ ਪਟੇ ਵਾਲੀ, ਇਹ ਬਾਈ ਬਸ਼ੇਰੀ ਹੈਗੀ ਆ ਬਾਬੇ ਬਾਲਕ ਨਾਥ ਵਾਲੇ ਹਰਸ਼ ਘੋੜੇ ਦੀ ਪੋਤੀ ਹੈ, ਹਾਈਟ ਬਹੁਤ, ਹਾਂ ਦੁੱਧ ਦੰਦ ਬਸ਼ੇਰੀ ਹੈ ਜੀ ਜੀ, ਇਹ ਇਹ ਲਿਆਏ ਆ, ਹਾਂਜੀ ਹਾਂਜੀ, ਅਤੇ ਆਹ ਕੀ ਪਾ ਰਹੇ ਆ, ਇਹਨਾਂ ਥੋੜ੍ਹਾ ਇਹਨੂੰ ਮਸਾਲਾ ਪਾਇਆ ਇਹਦੇ, ਮਾੜਾ ਜਿਹਾ ਕੱਲ੍ਹ ਕੋਈ ਦਰਦ ਆ ਗਿਆ ਸੀ ਮਾੜਾ ਜਿਹਾ, ਠੀਕ ਆ ਜੀ, ਮਸਾਲਾ ਪਾ ਰਹੇ ਹਾਂ, ਠੀਕ ਆ, ਅਤੇ ਆਹ ਅਬਲਕ ਬਾਈ, ਇਹ ਬਾਈ ਸਿੱਧਰਾਜ ਦੀ ਹੈ, ਅਤੇ ਇਹ ਜਾਦਵਿੰਦਰ ਬਰਕੰਦੀ ਵਾਲੇ ਘੋੜੇ ਤੋਂ ਗੱਬਣ ਹੈ, ਦੇਵਰਾਜ ਦਾ ਬੱਚਾ, ਅਤੇ ਮਾਂ ਉਹਦੀ ਸ਼ਾਨਦਾਰ ਦੀ ਹੈ, ਬਹੁਤ ਚੰਗਾ ਵਿਸ਼ੇਰਾ ਬਾਈ, ਆਹ ਨਸਲ ਬਚਾ ਲਓ ਯਾਰ, ਅਬਲਕ ਖਤਮ ਹੋ ਚੱਲਿਆ, ਬਹੁਤ ਬਹੁਤ ਘੱਟ, ਬਹੁਤ ਪਿਆਰਾ ਕਲਰ ਆ ਬਾਈ, ਬਹੁਤ ਪਿਆਰਾ ਕਲਰ ਆ ਅਤੇ ਬਹੁਤ ਘੱਟ ਆ, ਸਹੀ ਹੈ ਹੈਨਾ, ਅਤੇ ਮੰਗ ਅੱਜ ਕੱਲ੍ਹ ਨਵੇਂ ਮੁੰਡਿਆਂ 'ਚ ਇਹਦੀ ਸਭ ਤੋਂ ਬਹੁਤ ਬਹੁਤ ਸਭ ਤੋਂ ਵੱਧ ਆ, ਮਤਲਬ ਅਬਲਕ ਘੋੜੀ ਵੇਖੀ ਇਹ ਸੇਲ 'ਤੇ ਵੀ ਹੈ ਬਾਈ, ਕਈ ਵਾਰੀ ਕਿਸੇ ਦਾ ਮਾਨ ਲੈ ਉਹ ਭਾਈ, ਬਹੁਤ 7 ਮਹੀਨਿਆਂ ਦੀ ਗੱਬਣ, 7 ਮਹੀਨਿਆਂ ਦੀ ਗੱਬਣ ਵੀ ਹੈ, ਅਤੇ ਲੈ ਭਾਈ ਸੇਲ 'ਤੇ ਆ, ਮਾੜੀ ਜੀ ਬਾਹਰ ਕੱਢ ਕੇ ਦਿਖਾ ਦੀ ਬਾਈ, ਬਾਹਰ ਕੱਢ ਲੂੰਗੀ, ਬਾਹਰ ਕੱਢ ਕੇ ਦਿਖਾ, ਅਤੇ ਆਹ ਘੋੜੀ ਬਾਈ, ਇਹ ਲਾਸਟ ਆਪਣੇ ਮੈਂ ਨਾ ਫਲਮਾ ਹਟੇ ਸਾਰੇ, ਇਹ ਬਾਈ ਕਾਲੇ ਕਾਂਟੇ ਤੋਂ ਗੱਬਣ ਜੀ, ਅਤੇ ਬਹੁਤ ਚੰਗੀ ਲੈਣਾ ਇਹ, ਮੱਟ ਲੈਣ 'ਚੋਂ ਆਈ ਇਹਦੀ ਮਾਂ ਹੀ ਗੱਬਣ ਜੀ, ਅਤੇ ਬਰੀਡ ਹੋਈ ਸੀ ਪੰਜਾਬ 'ਚ ਆ ਕੇ ਜੀ, ਬਹੁਤ ਚੰਗਾ ਖਾਨਦਾਨ ਆ, 5 ਕਲਿਆਣ ਘੋੜੀ ਹੈ, ਇਹ ਕਾਂਟੇ ਤੋਂ ਗੱਬਣ, ਇਹ ਕਾਂਟੇ ਤੋਂ ਗੱਬਣ, ਅਤੇ ਇਹ ਵੀ ਸੇਲ ਕਰ, ਇਹ ਰੱਖੋਗੇ, ਇਹ ਰੱਖੋਗੇ, ਲੈ ਵੀ ਸੱਜਣੋ ਬਿੰਦਰ ਹੋਣਾ ਦੇ ਫਾਰਮ ਦਾ ਤੁਹਾਨੂੰ ਸਾਰੇ ਦਾ ਗੇੜਾ ਮਰਵਾਤਾ, ਸਾਰੇ ਤੁਹਾਨੂੰ ਜਾਨਵਰ ਦਿਖਾਤੇ ਆ, ਤੁਹਾਨੂੰ ਇਸ ਵਕਤ ਮੈਂ 6 ਸਟਾਲੀਅਨ ਦਿਖਾ ਚੁੱਕਿਆ, 7ਵਾਂ ਦਿਖਾਇਆ ਨਹੀਂ ਆਪਾਂ ਮਾਰਵਾੜੀ, ਹੈ ਨਾ ਬਾਈ, 7ਵਾਂ ਦਿਖਾਤਾ ਮਾਰਵਾੜੀ, ਉੱਧਰ ਖੜਾ ਦਿਖਾਤਾ, 8ਵਾਂ ਨਹੀਂ ਦਿਖਾਇਆ, 8ਵਾਂ ਨਹੀਂ ਦਿਖਾਇਆ, 7 ਦਿਖਾਤੇ ਆ, 7 ਦੇ ਵਿੱਚੋਂ ਇਹ ਤੁਸੀਂ 3 ਨੁਕਰਿਆਂ ਘੋੜਿਆਂ ਤੋਂ ਸਰਵਿਸ ਦੇ ਰਹੇ ਹਾਂ, 4 ਨੁਕਰਿਆਂ ਘੋੜਿਆਂ ਤੋਂ ਸਰਵਿਸ ਦੇ ਰਹੇ ਹਾਂ, ਅਤੇ 1 ਮਾਰਵਾੜੀ ਘੋੜੇ ਤੋਂ ਸਰਵਿਸ ਦੇ ਰਹੇ ਆ, ਮਾਰਵਾੜੀ ਘੋੜੇ ਦੀ ਫੀਸ ਕਿੰਨੀ ਆ ਬਾਈ, ਮਾਰਵਾੜੀ ਦੀ 21,000, 21,000 ਰੁਪਈਆ ਮਾਰਵਾੜੀ ਘੋੜੇ ਦੀ ਫੀਸ ਆ ਸੱਜਣੋ, ਜੇ ਤੁਹਾਨੂੰ ਕਿਸੇ ਵੀ ਘੋੜੇ ਤੋਂ ਸਰਵਿਸ ਚਾਹੀਦੀ ਆ, ਜਾਂ ਇੰਨੀਆਂ ਘੋੜੀਆਂ 'ਚੋਂ ਜਿਹੜੀਆਂ ਬਾਈ ਨੇ ਆਖਿਆ ਕਿ ਸੇਲ ਕਰ ਦਿਆਂਗੇ, ਉਹਨਾਂ 'ਚੋਂ ਕੋਈ ਘੋੜੀ ਚਾਹੀਦੀ ਆ, ਬਾਈ ਬਿੰਦਰ ਦਾ ਅਤੇ ਬਾਈ ਭਿੰਦਰ ਦਾ ਦੋਨਾਂ ਜਣਿਆਂ ਦਾ ਨੰਬਰ ਤੁਹਾਨੂੰ ਸਕਰੀਨ 'ਤੇ ਦਿਖਾਈ ਦਿੰਦਾ, ਬਾਈ ਹੋਣਾ ਦੇ ਨਾਲ ਕਰ ਸਕਦੇ ਆ ਸੰਪਰਕ, ਵੀਡੀਓ 'ਚੋਂ ਜੇ ਤੁਹਾਨੂੰ ਲੱਗਿਆ ਵੀ ਕੁਛ ਸਿੱਖਿਆ ਆਪਾਂ, ਤਾਂ ਫਿਰ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ ਤੁਹਾਡਾ ਹੱਕ ਬਣਦਾ, ਜਿਉਂਦੇ ਵਾਸਤੇ ਰਹੋ, ਬਹੁਤ ਬਹੁਤ ਧੰਨਵਾਦ।